हरप्रीत सेखा का नॉवल हनेरे रा छेवां कांड चल रहा है। गारपेज सुट के वापस आया तो करणवीर ने देखा कि नचण वालियां चो कोई भी खाना खाण नहीं सी लगा। ललकारा मारन वाला हुण फर्श ते पिया सप बन के मेल रहा सी। उहदा साथी हत्थां दी बीन बना के सपेरा बनिया सी। गीत चल रहा सी, पैसा जिवें नचाई जांदा दुनिया नची जांदी है, बई दुनिया नची जाती है। वज रहे गाने की ताल से नचण वालियां दीयां चल रही लत्तां बाहां च कोई तालमेल नहीं सी। ये देख के करणवीर नूं हासा आ गया। उन्हें जीती वल देखिया, जीती ने कचीची वटी। दिलरीत कोल जाके वह बोली, कोई गजल चला दिओ, आपे नचणों हट जाणगे। हुण तां भावें पाठ ला दें, इन्हां ने फिर नहीं हटना। खाणा इन्हां ने है नहीं, बस आही डर है भी वारी वारी कहण ते लड़ना पैणा। तुसी हौली हौली चुकी जाओ समान। आके दिलरीत ने साची नचण दी थां सुणन वाला गीत साई मेरी फरियाद तेरे ताई चलाता। नचण वालियां ते इहदा कोई असर ना होया। जीती बोली, वे तरस करो भाई साढ़े ते। तरस करन वाले अपनी मस्ती च सन। करणवीर होरी उन्हां दे जाण दी झाक च सी। उन्हां दे जाण तों बाद साफ सफाई करदिआं उन्हां नूं 2:30 वज गए। रजिंदर ने सारे दिहाड़ीदारां नूं लफाफे फड़ाए ते बोलिया, आ जाओ तुहानूं घरों घरी छड आईए। ਭਾਂਡੇ ਧੋਣ ਵਾਲੀ ਆਂਟੀ, ਦੋ ਕੁੜੀਆਂ ਅਤੇ ਇੱਕ ਮੁੰਡਾ ਰਜਿੰਦਰ ਨੇੜੇ ਹੋ ਕੇ ਖੜ ਗਏ। ਜੀਤੀ ਅਤੇ ਉਹਦੇ ਸਾਥਣ ਦਿਲਰੀਤ ਵੱਲ ਹੋ ਗਈਆਂ। ਕਰਨਵੀਰ ਨੂੰ ਪਤਾ ਨਹੀਂ ਸੀ ਕਿ ਉਹਨੇ ਕਿਸ ਨਾਲ ਜਾਣਾ ਸੀ, ਉਸੇ ਤਰ੍ਹਾਂ ਹੀ ਖੜ੍ਹਾ ਰਿਹਾ। ਦਿਲਰੀਤ ਨੇ ਪੁੱਛਿਆ, ਕਰਨ ਤੇਰਾ ਘਰ ਕਿੱਧਰ ਹੈ? ਹਰ ਟੇਰੀਓ ਅਤੇ ਸੈਂਡਲਵੁੱਡ ਪਾਰਕਵੇ ਨੇੜੇ। ਚੱਲ ਤੈਨੂੰ ਮੈਂ ਛੱਡ ਦੇਵਾਂਗੀ, ਮੈਂ ਵੀ ਉੱਧਰ ਹੀ ਰਹਿੰਦੀ ਹਾਂ, ਆਖਦੀ ਦਿਲਰੀਤ ਆਪਣੀ ਕਾਰ ਵੱਲ ਤੁਰ ਪਈ। ਜੀਤੀ ਦੀ ਸਾਥਣ ਦਿਲਰੀਤ ਨਾਲ ਕਾਰ ਦੀ ਮੁਰਲੀ ਸੀਟ 'ਤੇ ਬੈਠ ਗਈ। ਕਰਨਵੀਰ ਅਤੇ ਜੀਤੀ ਪਿਛਲੀ ਸੀਟ 'ਤੇ। ਜੀਤੀ ਨੇ ਬਾਰੀ ਨਾਲ ਸਿਰ ਦਾ ਢੋ ਲਾ ਕੇ ਅੱਖਾਂ ਮੀਟ ਲਈਆਂ। ਕਰਨਵੀਰ ਦੇ ਦਿਮਾਗ 'ਚ ਰਜਿੰਦਰ ਵੱਲੋਂ ਮਿਲਣ ਲਈ ਦਿੱਤੇ ਸੱਦੇ ਵਾਲੀ ਗੱਲ ਆ ਗਈ। ਉਹ ਜੀਤੀ ਨੂੰ ਦੱਸਣਾ ਚਾਹੁੰਦਾ ਸੀ ਪਰ ਉਹ ਦੂਰੀ ਬਣਾ ਕੇ ਬੈਠ ਗਈ ਸੀ। ਕਰਨਵੀਰ ਨੇ ਸੋਚਿਆ, ਥੱਕੀ ਹੋਏਗੀ, ਕੱਲ੍ਹ ਨੂੰ ਦੱਸ ਦਏਗਾ। ਉਹ ਕਾਰ ਦੀ ਦੂਜੀ ਬਾਰੀ ਨੇੜੇ ਹੋ ਕੇ ਬਾਹਰ ਵੱਲ ਦੇਖਣ ਲੱਗਾ। ਦਿਲਰੀਤ ਨੇ ਸਟੀਲਸ ਅਤੇ ਮੈਕਲੋਗਲਿਨ ਦਾ ਚਰਸਤਾ ਲੰਘ ਕੇ ਕਾਰ ਰੋਕ ਦਿੱਤੀ ਅਤੇ ਬੋਲੀ, ਕਰਨ ਤੂੰ ਅਗਲੀ ਸੀਟ 'ਤੇ ਆ ਜਾ। ਜੀਤੀ ਅਤੇ ਉਹਦੀ ਸਾਥਣ ਕਾਰ 'ਚੋਂ ਉਤਰ ਗਈਆਂ ਅਤੇ ਕਰਨਵੀਰ ਖਾਲੀ ਹੋਈ ਮੋਰਲੀ ਸੀਟ 'ਤੇ ਬੈਠ ਗਿਆ। ਉਹਨੂੰ ਪਤਾ ਸੀ ਵੀ ਜੀਤੀ ਦਾ ਸ਼ੈਰੀਡਨ ਕਾਲਜ, ਜਿੱਥੇ ਪੰਜਾਬ ਤੋਂ ਆਉਣ ਵਾਲੇ ਬਹੁਤੇ ਅੰਤਰਰਾਸ਼ਟਰੀ ਵਿਦਿਆਰਥੀ ਦਾਖਲਾ ਲੈਂਦੇ ਹੈ, ਇੱਥੋਂ ਨੇੜੇ ਹੀ ਸੀ। ਦਿਲਰੀਤ ਬੋਲੀ, ਕਰਨ ਤੈਨੂੰ ਨਹੀਂ ਮਿਲਿਆ ਓਪਨ ਵਰਕ ਪਰਮਿਟ ਹਾਲੇ? ਨਹੀਂ ਜੀ, ਮੈਂ ਵਿਜ਼ਟਰ ਹਾਂ, ਵਰਕ ਪਰਮਿਟ ਲੱਭ ਰਿਹਾ ਵਾਂ, ਭਾਵੇਂ ਬੋਂਡਿਡ ਹੀ ਹੋਵੇ, ਕਰਨਵੀਰ ਨੇ ਜਵਾਬ ਦਿੱਤਾ। ਅੱਛਾ, ਕਰਨਵੀਰ ਨੇ ਸੋਚਿਆ ਕਿ ਹੁਣ ਗੱਲ ਤੁਰ ਪਈ ਹੈ ਤਾਂ ਉਹਨੂੰ ਜਾਰੀ ਰੱਖਾਂ। ਉਹਨੇ ਪੁੱਛ ਲਿਆ, ਝਾਂਜਰ ਰੈਸਟੋਰੈਂਟ 'ਚ ਕੋਈ ਵੈਕੈਂਸੀ ਖਾਲੀ ਹੈ? ਰਜਿੰਦਰ ਹੋਰੀ ਮੈਨੂੰ ਮਿਲਣ ਲਈ ਕਹਿੰਦੇ ਸੀ। ਅੱਛਾ, ਨਹੀਂ ਝਾਂਜਰ 'ਚ ਨਹੀਂ, ਇਹ ਨਵਾਂ ਰੈਸਟੋਰੈਂਟ ਖੋਲ੍ਹ ਰਹੇ ਆ, ਉਸ ਲਈ ਚਾਹੀਦੇ ਆ ਵਰਕਰ। ਝਾਂਜਰ 'ਚ ਤਾਂ ਮੈਂ ਹੀ ਸੁਪਰਵਾਈਜ਼ਰ ਹਾਂ, ਨਵੇਂ ਰੈਸਟੋਰੈਂਟ ਨੂੰ ਰਜਿੰਦਰ ਨੇ ਆਪ ਸੁਪਰਵਾਈਜ਼ ਕਰਨਾ, ਉਹਨੂੰ ਮਿਲ ਲਈ। ਮੇਰਾ ਰੈਸਟੋਰੈਂਟ 'ਚ ਕੰਮ ਕਰਨ ਦਾ ਤਜਰਬਾ ਹੈ, ਬਾਰ ਟੈਂਡਿੰਗ ਵੀ ਕਰ ਲੈਂਦਾ ਵਾਂ। ਠੀਕ ਹੈ, ਫਿਰ ਤਾਂ ਵਰਕ ਪਰਮਿਟ ਦਵਾ ਦੇਣਗੇ? ਇਸ ਬਾਰੇ ਨਹੀਂ ਮੈਨੂੰ ਪਤਾ, ਹਾਂ ਇੰਨਾ ਜ਼ਰੂਰ ਹੈ ਕਿ ਜੇ ਇਹਨਾਂ ਦੀ ਹਾਂ 'ਚ ਹਾਂ ਮਿਲਾਈ ਜਾਓਗੇ ਤਾਂ ਖਰਾਬ ਨਹੀਂ ਕਰਦੇ, ਪੇ ਵੀ ਟਾਈਮ ਨਾਲ ਦੇ ਦਿੰਦੇ ਆ, ਨਹੀਂ ਤਾਂ ਆਪਣੇ ਬਹੁਤੇ ਲੋਕ ਵਾਧੂ ਗੇੜੇ ਕਢਵਾਈ ਜਾਂਦੇ ਆ। ਕਰਨਵੀਰ ਨੇ ਸੋਚਿਆ ਕਿ ਜੇ ਇਸ ਤਰ੍ਹਾਂ ਵਰਕ ਪਰਮਿਟ ਮਿਲ ਗਿਆ ਤਾਂ LMIA 'ਤੇ ਲੱਗਣ ਵਾਲੇ $20,000 ਵੀ ਬਚ ਜਾਣਗੇ, ਜਿਸ ਬਾਰੇ ਇਮੀਗ੍ਰੇਸ਼ਨ ਵਾਲੇ ਚਿੱਠੀ ਨੇ ਦੱਸਿਆ ਸੀ। ਮੇਰੀ ਸਿਫਾਰਿਸ਼ ਕਰ ਦਿਓਗੇ? ਕਰਨਵੀਰ ਨੇ ਹੌਲੀ ਜਿਹੀ ਆਵਾਜ਼ 'ਚ ਕਿਹਾ, ਜਿਵੇਂ ਉਹਦੇ ਮੂੰਹੋਂ ਮਸਾ ਹੀ ਨਿਕਲਿਆ ਹੋਵੇ। ਜ਼ਰੂਰ, ਪਰ ਪਹਿਲਾਂ ਉਹਨਾਂ ਨੂੰ ਮਿਲ ਤਾਂ ਲੈ, ਅੱਜ ਸ਼ਾਮ ਨੂੰ ਹੀ ਚਲਿਆ ਜਾਈਂ, ਸੰਡੇ ਨੂੰ ਬਹੁਤਾ ਰਸ਼ ਨਹੀਂ ਹੁੰਦਾ, ਮੈਂ ਵੀ ਆਖ ਦਿਆਂਗੀ, ਦਿਲਰੀਤ ਨੇ ਕਰਨਵੀਰ ਵੱਲ ਦੇਖਦੇ ਨੇ ਕਿਹਾ। ਕਰਨਵੀਰ ਨੂੰ ਉਹਦੀ ਮੂੰਹ ਭਰੀ ਤੱਕਣੀ ਦੇਖ ਕੇ ਆਸ ਹੋ ਗਈ ਕਿ ਉਹਦਾ ਕੰਮ ਬਣਾ ਦੇਵੇਗੀ। ਬੱਚਿਆਂ ਦਾ ਰੌਲਾ ਸੁਣ ਕੇ ਕਰਨਵੀਰ ਦੀ ਅੱਖ ਖੁੱਲ੍ਹ ਗਈ। ਉਹਨੇ ਫੋਨ 'ਤੇ ਸਮਾਂ ਦੇਖਿਆ, 10:30 ਸਨ। ਉਹਨੇ ਫੋਨ ਰੱਖ ਦਿੱਤਾ ਅਤੇ ਮੁੜ ਅੱਖਾਂ ਮੀਟ ਲਈਆਂ। ਪਰ ਰਸੋਈ 'ਚ ਦਗੜ ਦਗੜ ਭੱਜੇ ਫਿਰਦੇ ਉਹਦੇ ਭਤੀਜੇ ਭਤੀਜੀ ਨੇ ਘਰ ਨੂੰ ਸਿਰ 'ਤੇ ਚੁੱਕਿਆ ਹੋਇਆ ਸੀ। ਕਰਨਵੀਰ ਨੂੰ ਪਤਾ ਸੀ ਵੀ ਉਹਨੇ ਹੁਣ ਨਹੀਂ ਸੌਂ ਸਕਣਾ। ਉਹਨੇ ਮੁੜ ਸੌਣ ਦਾ ਖਿਆਲ ਛੱਡ ਕੇ ਅੱਖਾਂ ਖੋਲ੍ਹ ਲਈਆਂ। ਰਜਿੰਦਰ ਨੂੰ ਮਿਲਣ ਦਾ ਖਿਆਲ ਰਾਤ ਹੀ ਮਿੱਠਾ ਪੈ ਗਿਆ ਸੀ ਜਦੋਂ ਉਹਨੇ ਲਿਫਾਫਾ ਖੋਲ੍ਹਿਆ ਸੀ। ਉਸ 'ਚੋਂ ਸਿਰਫ $50 ਹੀ ਨਿਕਲੇ ਸੀ। ਇਹ ਦੇਖ ਕੇ ਉਹਨੂੰ ਇੱਕਦਮ ਗੁੱਸਾ ਚੜਿਆ ਸੀ। ਇਸ ਹਿਸਾਬ ਨਾਲ ਤਾਂ $4 ਪ੍ਰਤੀ ਘੰਟਾ ਵੀ ਨਹੀਂ ਸੀ ਬਣਦੇ, ਜਦਕਿ ਕਾਨੂੰਨੀ ਤੌਰ 'ਤੇ ਓਨਟੈਰੀਓ 'ਚ ਘੱਟੋ ਘੱਟ ਤਨਖਾਹ $11.60 ਪ੍ਰਤੀ ਘੰਟਾ ਸੀ। ਰਾਤ ਵਾਲਾ ਗੁੱਸਾ ਹੁਣ ਕੁਝ ਢਹਿਲਾ ਹੋ ਗਿਆ ਸੀ। ਉਹਨੂੰ ਦਿਲਰੀਤ ਦੀ ਕਈ ਗੱਲ ਯਾਦ ਆ ਗਈ ਕਿ ਜੇ ਰਜਿੰਦਰ ਦੀ ਹਾਂ 'ਚ ਹਾਂ ਮਿਲਾਈ ਜਾਓਗੇ ਤਾਂ ਖਰਾਬ ਨਹੀਂ ਕਰਦਾ। ਕਰਨਵੀਰ ਸੋਚੀ ਪੈ ਗਿਆ, ਜਾਵੇ ਜਾਂ ਨਾ, ਉਹਦੇ ਚਿੱਤ 'ਚ ਆਈ ਕਿ ਜੀਤੀ ਦੀ ਸਲਾਹ ਲੈ ਲਵੇ, ਨਾਲੇ ਉਹਨੂੰ ਦੱਸ ਦੇਵੇ।
ਉਹਨੇ ਆਪਣਾ ਫੋਨ ਚਾਰਜਰ ਤੋਂ ਲਾਇਆ, ਫੇਸਬੁੱਕ ਮੈਸੇਂਜਰ 'ਤੇ ਜੀਤੀ ਨੂੰ ਗੁੱਡ ਮਾਰਨਿੰਗ ਲਿਖ ਦਿੱਤਾ। ਉਹਦਾ ਕੋਈ ਜਵਾਬ ਨਾ ਆਇਆ। ਕਰਨਵੀਰ ਨੂੰ ਪਤਾ ਲੱਗ ਗਿਆ ਕਿ ਜੀਤੀ ਨੇ ਸੁਨੇਹਾ ਪੜ੍ਹ ਲਿਆ ਸੀ। ਉਹਨੇ ਸੋਚਿਆ ਜੀਤੀ ਜਾਗ ਰਹੀ ਸੀ। ਉਹਨੇ ਮੁੜ ਸੁਨੇਹਾ ਲਿਖ ਦਿੱਤਾ, ਜੀਤੀ ਜੇ ਟਾਈਮ ਹੈ ਤਾਂ ਕਾਲ ਕਰਾਂ, ਇੱਕ ਗੱਲ ਕਰਨੀ ਹੈ। ਜੀਤੀ ਨੇ ਲਿਖ ਭੇਜਿਆ, ਦਿਲਰੀਤ ਨੂੰ ਕਰ ਲੈ, ਮੈਂ ਬਿਜ਼ੀ ਹਾਂ। ਇਹ ਪੜ੍ਹ ਕੇ ਕਰਨਵੀਰ ਨੂੰ ਕੋਈ ਸਮਝ ਨਾ ਲੱਗੀ। ਉਹਨੇ ਫੋਨ ਮਿਲਾ ਲਿਆ। ਫੋਨ ਚੁੱਕਦਿਆਂ ਜੀਤੀ ਬੋਲੀ, ਕਿਉਂ, ਦਿਲਰੀਤ ਨੇ ਨਹੀਂ ਚੁੱਕਿਆ ਫੋਨ? ਕੀ ਮਤਲਬ? ਚੇਤਾ ਨਹੀਂ ਰਾਤ ਕਿਵੇਂ ਭੱਜ ਕੇ ਮੂਹਰਲੀ ਸੀਟ 'ਤੇ ਉਹਦੇ ਨਾਲ ਬੈਠਾ ਸੀ? ਜੀਤੀ ਦਾ ਇਹ ਜਵਾਬ ਸੁਣ ਕੇ ਕਰਨਵੀਰ ਨੂੰ ਕਹਾਣੀ ਸਮਝ ਆਉਣ ਲੱਗੀ। ਉਹਨੂੰ ਚੰਗਾ ਲੱਗਾ ਕਿ ਜੀਤੀ ਉੱਤੇ ਮੇਰ ਕਰਨ ਲੱਗੀ ਸੀ। ਉਹਨੇ ਸਵਾਦ ਲੈਣ ਲਈ ਕਿਹਾ, ਤੂੰ ਤਾਂ ਅੱਖਾਂ ਮੀਟ ਕੇ ਪਾਸੇ ਹੋ ਕੇ ਬੈਠ ਗਈ ਸੀ, ਕਿਸੇ ਨਾਲ ਤਾਂ ਗੱਲ ਕਰਨੀ ਸੀ। ਚੰਗਾ, ਉਸੇ ਨਾਲ ਕਰ ਲੈ ਫਿਰ, ਮੈਂ ਫੋਨ ਬੰਦ ਕਰਨ ਲੱਗੀ ਹਾਂ। ਨਾ ਨਾ, ਫੋਨ ਨਾ ਬੰਦ ਕਰੀ। ਕਿਉਂ ਨਾ ਕਰਾਂ? ਜੇ ਮੈਂ ਤੇਰੇ ਨਾਲ ਗੱਲ ਨਾ ਕਰੂੰਗੀ ਤਾਂ ਤੂੰ ਕੋਈ ਹੋਰ ਲੱਭ ਲਏਂਗਾ? ਜੀਤੀ ਦਾ ਇਹ ਜਵਾਬ ਸੁਣ ਕੇ ਕਰਨਵੀਰ ਮੁਸਕਰਾ ਪਿਆ। ਇਹ ਜੀਤੀ ਨੂੰ ਦੂਜੇ ਪਾਸੇ ਨਹੀਂ ਸੀ ਦਿਸਣਾ। ਉਹ ਫਿਰ ਬੋਲੀ, ਤੂੰ ਵੀ ਰਾਤ ਮੁੜ ਮੁੜ ਉਸ ਕੋਲੋਂ ਪੁੱਛਣ ਜਾਂਦਾ ਸੀ ਅਤੇ ਉਹ ਵੀ ਕਿੰਨਾ ਇੰਟਰਸਟ ਦਿਖਾਉਂਦੀ ਸੀ। ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਸ ਗੱਲ ਦਾ, ਹੁਣ ਲੱਗ ਗਿਆ ਨਾ। ਕਰ ਉਸੇ ਨਾਲ ਹੀ ਗੱਲਾਂ, ਆਖਦੀ ਜੀਤੀ ਨੇ ਫੋਨ ਬੰਦ ਕਰਤਾ। ਕਰਨਵੀਰ ਕੁਝ ਪਲ ਆਪਣੇ ਫੋਨ ਵੱਲ ਦੇਖਦਾ ਰਿਹਾ, ਫਿਰ ਮੁਸਕਰਾ ਪਿਆ। ਉਹਨੇ ਮੁੜ ਜੀਤੀ ਨੂੰ ਫੋਨ ਕੀਤਾ ਪਰ ਉਹਨੇ ਚੁੱਕਿਆ ਨਹੀਂ। ਕਰਨਵੀਰ ਉਨੀ ਦੇਰ ਫੋਨ ਮਿਲਾਉਂਦਾ ਰਿਹਾ ਜਿੰਨੀ ਦੇਰ ਜੀਤੀ ਨੇ ਜਵਾਬ ਨਾ ਦੇ ਤਾ। ਬੋਲੀ, ਮੈਂ ਤੇਰੇ ਵਰਗੀ ਵਿਹਲੀ ਨਹੀਂ, ਮੇਰੇ ਬਹੁਤ ਕੰਮ ਕਰਨ ਵਾਲੇ ਪਏ ਆ। ਸੋਰੀ ਯਾਰ, ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਪਰ ਇੱਕ ਗੱਲ ਦਾ ਪਤਾ ਲੱਗ ਗਿਆ ਨਾ, ਆਖਦਾ ਆਖਦਾ ਕਰਨਵੀਰ ਰੁਕ ਗਿਆ। ਉਹ ਅੱਗੇ ਆਖਣਾ ਚਾਹੁੰਦਾ ਸੀ ਕਿ ਯੂ ਆਰ ਇਨ ਲਵ ਵਿਦ ਮੀ, ਪਰ ਉਹ ਜੱਕ ਗਿਆ। ਜੀਤੀ ਬੋਲੀ, ਕੀ? ਚੱਲ ਛੱਡ ਜੀਤ, ਤੂੰ ਤਾਂ ਕਹਿੰਦੀ ਸੀ ਪਾਰਟੀ ਦਾ $100 ਦੇਣਗੇ, ਪਰ ਉਹਨਾਂ ਨੇ ਤਾਂ 50 ਹੀ ਦਿੱਤੇ ਨੇ। ਤੇਰਾ ਪਹਿਲਾ ਦਿਨ ਸੀ, ਸ਼ੁਕਰ ਕਰ 50 ਦੇ ਤੇ। ਮੈਨੂੰ ਤਾਂ ਪਹਿਲੇ ਦਿਨ ਕੁਛ ਵੀ ਨਹੀਂ ਸੀ ਮਿਲਿਆ। ਕਹਿੰਦੇ ਪਹਿਲੇ ਦਿਨ ਟ੍ਰੇਨਿੰਗ ਦਾ ਹੁੰਦਾ, ਪਰ ਮੈਂ ਤਾਂ ਕੋਈ ਟ੍ਰੇਨਿੰਗ ਨਹੀਂ ਲਈ, ਸਾਰਾ ਕੰਮ ਆਪਣੇ ਆਪ ਕੀਤਾ ਸੀ। ਨਾਲੇ ਮੈਂ ਤੈਨੂੰ ਰਾਤ ਦੱਸਣਾ ਸੀ ਪਰ ਮੌਕਾ ਹੀ ਨਹੀਂ ਮਿਲਿਆ। ਰਜਿੰਦਰ ਨੇ ਨਵਾਂ ਰੈਸਟੋਰੈਂਟ ਖੋਲ੍ਹਣਾ ਵਾ, ਉਹਨਾਂ ਨੂੰ ਬੰਦੇ ਚਾਹੀਦੇ ਆ, ਮੈਨੂੰ ਮਿਲਣ ਲਈ ਕਹਿੰਦਾ ਸੀ। ਕੌਣ? ਰਜਿੰਦਰ ਕਿ ਦਿਲਰੀਤ? ਮੈਂ ਕਹਿੰਦੀ ਨਹੀਂ, ਕਹਿੰਦਾ ਕਿਹਾ ਵਾ, ਤੈਨੂੰ ਤਾਂ ਐਵੇਂ ਸ਼ੱਕ ਹੋ ਗਿਆ। ਨਾਲੇ ਤੂੰ ਕਹਿੰਦਾ ਸੀ ਸਾਰਾ ਧਿਆਨ ਟਰੱਕ ਦਾ ਲਾਇਸੈਂਸ ਲੈਣ ਵੱਲ ਲਾਉਣਾ। ਹਾਂ, ਕਹਿੰਦਾ ਤਾਂ ਇੱਦਾਂ ਹੀ ਸੀ, ਪਰ ਹੁਣ ਲੱਗਦਾ ਵਾ ਕਿ ਜੇ ਇਸ ਤਰ੍ਹਾਂ ਵਰਕ ਪਰਮਿੰਟ ਮਿਲਦਾ ਹੈ ਤਾਂ ਟਰੱਕ ਸਿੱਖ ਕੇ ਕੀ ਕਰਨਾ, ਦੇਖ ਲੈ। ਤੂੰ ਕੀ ਸਲਾਹ ਦਿੰਦੀ ਹੈ? ਜਿੱਥੇ ਕੁਝ ਕੁ ਪਲ ਚੁੱਪ ਰਹੀ, ਫਿਰ ਬੋਲੀ, ਮਿਲ ਕੇ ਦੇਖ ਲੈ ਉਹਨੂੰ। ਮੇਰੇ ਨਾਲ ਚੱਲੇਂਗੀ ਅੱਜ? ਮੇਰੇ ਤਾਂ ਬਹੁਤ ਕੰਮ ਕਰਨ ਵਾਲੇ ਆ, ਲਾਂਡਰੀ ਕਰਨੀ ਹੈ, ਖਾਣਾ ਬਣਾ ਕੇ ਰੱਖਣਾ, ਤੂੰ ਹੀ ਚੱਲਿਆ ਜਾ। ਜੇ ਕਹੇ ਤਾਂ ਅਗਲੇ ਐਤਵਾਰ ਚਲੇ ਚੱਲਾਂਗੇ। ਇਹ ਸੁਣ ਕੇ ਕਰਨਵੀਰ ਦੁਚਿੱਤੀ 'ਚ ਪੈ ਗਿਆ। ਉਸ ਤੋਂ ਅਗਲੇ ਐਤਵਾਰ ਤੱਕ ਉਡੀਕ ਨਹੀਂ ਸੀ ਹੋਣੀ। ਉਹਨੇ ਸੋਚਿਆ ਟਰੱਕ ਦਾ ਤਾਂ ਪਤਾ ਨਹੀਂ ਕਦੋਂ ਲਾਇਸੈਂਸ ਮਿਲੇ, ਫਿਰ ਕਦੋਂ ਵਰਕ ਪਰਮਿਟ, ਕਿਉਂ ਨਾ ਇੱਧਰ ਕੋਸ਼ਿਸ਼ ਕਰ ਲਵਾਂ, ਹੋ ਸਕਦਾ ਇਸ ਤਰੀਕੇ ਨਾਲ ਛੇਤੀ ਵਰਕ ਪਰਮਿਟ ਮਿਲ ਜਾਏ। ਇਹ ਸੋਚ ਕੇ ਉਹਨੇ 12:30 ਰਜਿੰਦਰ ਨੂੰ ਫੋਨ ਕਰਕੇ ਉਹ ਤੋਂ ਮਿਲਣ ਦਾ ਸਮਾਂ ਲੈ ਲਿਆ। ਝਾਂਜਰ ਰੈਸਟੋਰੈਂਟ ਬ੍ਰੈਂਪਟਨ ਸ਼ਹਿਰ ਦੇ ਸਪਰਿੰਗ ਡੇਲ ਇਲਾਕੇ 'ਚ ਸੀ। ਇੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਹੋਣ ਕਰਕੇ ਇਹ ਇਲਾਕਾ ਸਿੰਘ ਡੇਲ ਵਜੋਂ ਮਸ਼ਹੂਰ ਹੋ ਗਿਆ ਸੀ। ਰਜਿੰਦਰ ਨੇ ਕਰਨਵੀਰ ਨੂੰ 4 ਇੱਥੇ ਮਿਲਣ ਦਾ ਸਮਾਂ ਦਿੱਤਾ ਸੀ ਅਤੇ ਜਦੋਂ ਕਰਨਵੀਰ ਉੱਥੇ ਪਹੁੰਚਿਆ, ਰੈਸਟੋਰੈਂਟ 'ਚ ਇੱਕ ਦੋ ਹੀ ਗਾਹਕ ਸੀ। ਉਹਨੇ ਰੈਸਟੋਰੈਂਟ ਦੇ ਅੰਦਰ ਆਸੇ ਪਾਸੇ ਨਿਗਾਹ ਘੁਮਾਈ, ਰਜਿੰਦਰ ਉਹਨੂੰ ਬਾਹਰ 'ਚ ਬੈਠਾ ਦਿਸ ਪਿਆ। ਕਰਨਵੀਰ ਉਸ ਕੋਲ ਚਲਾ ਗਿਆ। ਬੋਲੇ, ਆ ਗਿਆ ਛੋਟੇ? ਸਰ, ਕਰਨਵੀਰ ਹੈ ਮੇਰਾ ਨਾਂ। ਠੀਕ ਹੈ, ਆ ਜਾ, ਆਰਾਮ ਨਾਲ ਬਹਿ ਕੇ ਗੱਲ ਕਰਦੇ ਹਾਂ, ਆਖਦਾ ਰਜਿੰਦਰ ਕੁਰਸੀ ਤੋਂ ਉੱਠਿਆ ਅਤੇ ਬਾਰ ਦੇ ਪਿੱਛੇ ਬਣੇ ਇੱਕ ਛੋਟੇ ਜਿਹੇ ਕਮਰੇ 'ਚ ਲੈ ਗਿਆ ਜਿੱਥੇ ਇੱਕ ਸੋਫਾ ਪਿਆ ਸੀ। ਉੱਥੇ ਬੈਠਦਾ ਬੋਲਿਆ, ਆ ਜਾ ਬੈਠ, ਇਸ ਵੇਲੇ ਕੰਮ ਸਲੋ ਹੁੰਦਾ ਤਾਂ ਹੀ ਹੁਣ ਸੱਦਿਆ, ਰਾਤ ਨੂੰ ਗੱਲ ਕਰਨ ਦਾ ਮੌਕਾ ਨਹੀਂ ਸੀ ਮਿਲਣਾ। ਕਰਨਵੀਰ ਦੇ ਬੈਠਣ ਬਾਅਦ ਉਹਨੇ ਆਖਿਆ, ਨਵਾਂ ਰੈਸਟੋਰੈਂਟ 1 ਮਹੀਨੇ ਤੱਕ ਖੁੱਲ੍ਹ ਜਾਣਾ, ਉਸ ਲਈ ਮੈਨੂੰ ਭਰੋਸੇਯੋਗ ਬੰਦਾ ਚਾਹੀਦਾ। ਤੇਰਾ ਕਿੰਨਾ ਕੋ ਐਕਸਪੀਰੀਅੰਸ ਹੈ? 1.5 ਸਾਲ ਕੰਮ ਕੀਤਾ ਹੈ ਰੈਸਟੋਰੈਂਟ 'ਚ। ਅੱਛਾ, ਵਿਜ਼ਟਰ ਹੈ ਨਾ ਇੱਥੇ? ਹਾਂਜੀ। ਵਰਕ ਪਰਮਿਟ ਤਾਂ ਨਹੀਂ ਹੋਣਾ? ਨਹੀਂ ਜੀ। ਠੀਕ ਹੈ, ਹਫ਼ਤੇ ਦੇ 7 ਦਿਨ ਰੈਸਟੋਰੈਂਟ ਖੋਲ੍ਹਣ ਤੋਂ ਲੈ ਕੇ ਬੰਦ ਕਰਨ ਤੱਕ ਹੋਏਗਾ ਕੰਮ, ਸਾਰਾ ਕੰਮ ਕਰਨਾ ਪਏਗਾ, ਬਾਰ ਟੈਂਡਿੰਗ ਤੋਂ ਸਰਵਰ ਤੱਕ। ਕਰ ਲਏਗਾ ਮੈਨੇਜ? ਹਾਂਜੀ, ਕੰਮ ਜਿੰਨਾ ਮਰਜ਼ੀ ਹੋਵੇ, $10 ਦੇਵਾਂਗਾ ਘੰਟੇ ਦੇ, ਘੰਟੇ ਬਹੁਤ ਬਣ ਜਾਇਆ ਕਰਨਗੇ। ਠੀਕ ਹੈ ਜੀ, ਜੇ ਰੈਸਟੋਰੈਂਟ ਨੂੰ ਆਪਦਾ ਸਮਝ ਕੇ ਇਮਾਨਦਾਰੀ ਨਾਲ ਕੰਮ ਕਰੇਗਾ ਤਾਂ ਪੱਕਾ ਕਰਵਾ ਦਿਓ। ਦਿਲਰੀਤ ਨੂੰ ਤੂੰ ਰਾਤ ਦੇਖਿਆ ਹੀ ਸੀ, ਉਹਨੂੰ ਮੈਂ ਹੀ ਪੱਕੀ ਕਰਵਾਇਆ। ਵਰਕ ਪਰਮਿੰਟ ਲੈ ਦਿਓਗੇ ਜੀ ਫਿਰ? ਹਾਂ, ਵਰਕ ਪਰਮਿੰਟ ਤੋਂ ਬਿਨਾਂ ਤਾਂ ਕੰਮ ਨਹੀਂ ਕਰ ਸਕਦਾ। ਠੀਕ ਹੈ ਜੀ, ਤਿਆਰ। ਵਰਕ ਪਰਮਿੰਟ ਦੀ ਫੀਸ ਪਹਿਲਾਂ ਦੇਣੀ ਪੈਗੀ। ਫੀਸ? ਹਾਂ, 40,000। ਇਹ ਸੁਣ ਕੇ ਕਰਨਵੀਰ ਚੁੱਪ ਕਰ ਗਿਆ। ਫਿਰ ਉਹਨੇ ਪੁੱਛਿਆ, ਵਰਕ ਪਰਮਿੰਟ ਤੋਂ ਬਿਨਾਂ ਨਹੀਂ ਕੰਮ ਦੇ ਸਕਦੇ ਜੀ? ਮੈਂ ਤਾਂ ਸਮਝਦਾ ਸੀ ਤੁਹਾਨੂੰ ਬੰਦੇ ਦੀ ਲੋੜ ਹੈ। ਬੰਦੇ ਦੀ ਤਾਂ ਲੋੜ ਹੈ, ਪਰ ਤੂੰ ਲੀਗਲੀ ਕੰਮ ਨਹੀਂ ਕਰ ਸਕਦਾ, ਵਰਕ ਪਰਮਿੰਟ ਨਾਲ ਲੀਗਲ ਹੋਏਗਾ। ਰਾਤ ਵੀ ਤਾਂ ਕੀਤਾ ਹੀ ਸੀ, ਉਸੇ ਤਰ੍ਹਾਂ ਪਾਰਟ ਟਾਈਮ ਦੇ ਦਿਓ ਕੰਮ। ਬੈਂਕਟ ਹਾਲ ਦੀ ਹੋਰ ਗੱਲ ਹੈ, ਉੱਥੇ ਚੈਕਿੰਗ ਨਹੀਂ ਹੁੰਦੀ, ਰੈਸਟੋਰੈਂਟ 'ਚ ਹੋ ਸਕਦੀ ਹੈ। ਫਿਰ ਨਾਲੇ ਤੂੰ ਫਸੇਗਾ, ਨਾਲੇ ਮੈਂ, ਜੇ ਸਟੂਡੈਂਟ ਹੁੰਦਾ ਤਾਂ ਤੈਨੂੰ ਕੰਮ ਦੇ ਦਿੰਦਾ।
ਇਹ ਸੁਣ ਕੇ ਕਰਨਵੀਰ ਚੁੱਪ ਕਰ ਗਿਆ। ਰਜਿੰਦਰ ਬੋਲਿਆ, LMIA ਦੇ ਥੋੜ੍ਹੇ ਘੱਟ ਦੇ ਦੇਵੀਂ, ਪਰ ਦੇਣੇ ਪਹਿਲਾਂ ਪੈਣਗੇ। ਠੀਕ ਹੈ ਜੀ, ਇੱਕ ਅੱਧੇ ਦਿਨ 'ਚ ਸਲਾਹ ਕਰਕੇ ਦੱਸ ਦਿੰਦਾ ਵਾਂ। ਆ ਕੇ ਕਰਨਵੀਰ ਉੱਠ ਖਲੋਤਾ। ਉਹ ਰੈਸਟੋਰੈਂਟ 'ਚੋਂ ਬਾਹਰ ਨਿਕਲੇ ਸੀ ਕਿ ਜੀਤੀ ਦਾ ਫੋਨ ਆ ਗਿਆ। ਉਹ ਬੋਲੇ, ਸੋਰੀ ਯਾਰ, ਤੇਰੇ ਨਾਲ ਨਹੀਂ ਜਾ ਸਕੀ, ਮਾਇੰਡ ਨਾ ਕਰੀ, ਆਪਾਂ ਅਗਲੇ ਵੀਕਐਂਡ ਚੱਲਾਂਗੇ, ਨਾਲੇ CN ਟਾਵਰ ਵੇਖ ਆਵਾਂਗੇ। ਠੀਕ ਹੈ, CN ਟਾਵਰ ਵੇਖਣ ਚਲੇ ਚੱਲਾਂਗੇ, ਰਜਿੰਦਰ ਨੂੰ ਮਿਲਣ ਦੀ ਲੋੜ ਨਹੀਂ ਪੈਣੀ, ਉਹ ਮੈਂ ਮਿਲ ਆਇਆ। ਅੱਛਾ, ਕੀ ਬਣਿਆ? ਬਣਨਾ ਕੀ ਹੈ? ਡਾਲਰ ਬਹੁਤ ਮੰਗਦਾ, ਵਰਕ ਪਰਮਿਟ ਤੋਂ ਬਿਨਾਂ ਕੈਸ਼ 'ਤੇ ਕੰਮ ਦੇਣਾ ਨਹੀਂ ਮੰਨਿਆ। ਕਹਿੰਦਾ ਜੇ ਸਟੂਡੈਂਟ ਹੁੰਦਾ ਤਾਂ ਦੇ ਦਿੰਦਾ ਕੰਮ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਸਟੂਡੈਂਟ ਲੀਗਲੀ ਹਫ਼ਤੇ 'ਚ 20 ਘੰਟੇ ਕੰਮ ਕਰ ਸਕਦੇ ਆ। ਜਿੱਥੇ ਮੈਂ ਕਰਦੀ ਹਾਂ ਉੱਥੇ ਮੈਂ ਇੱਕ ਹਫ਼ਤੇ ਦੇ 50-60 ਘੰਟੇ ਕੰਮ ਕਰਦੀ ਹਾਂ। 20 ਘੰਟਿਆਂ ਤੋਂ ਉੱਪਰਲੇ ਕੇਸ ਕੈਸ਼ ਦੇ ਦਿੰਦੇ ਆ, ਜੇ ਚੈਕਿੰਗ ਹੋ ਜਾਏ ਤਾਂ 20 ਘੰਟਿਆਂ 'ਚ ਹੀ ਕਵਰ ਹੋ ਜਾਂਦੇ ਆ। ਤੂੰ ਲੀਗਲੀ ਕੰਮ ਨਹੀਂ ਕਰ ਸਕਦਾ, ਇਸ ਲਈ ਉਹ ਰਿਸਕ ਨਹੀਂ ਲੈਣਾ ਚਾਹੁੰਦਾ। ਇੱਦਾਂ ਚੈਕਿੰਗ ਹੋ ਜਾਂਦੀ ਹੈ, ਹੋ ਸਕਦੀ ਹੈ ਜੇ ਕੋਈ ਸ਼ਿਕਾਇਤ ਕਰ ਦੇ, ਫਿਰ ਮੈਂ ਨਹੀਂ ਪੈਂਦਾ ਕੈਸ਼ ਵਾਲੇ ਚੱਕਰ 'ਚ। ਆ ਕੇ ਕਰਨਵੀਰ ਚੁੱਪ ਕਰ ਗਿਆ। ਫਿਰ ਬੋਲਿਆ, ਪਰ ਯਾਰ ਰਾਤ ਤੇਰੇ ਸਾਥ 'ਚ ਟਾਈਮ ਵਧੀਆ ਲੰਘ ਗਿਆ। ਅੱਛਾ ਜੀ, ਫਿਰ ਆ ਜਾਇਆ ਕਰੀ ਸੈਟਰਡੇ ਨਾਈਟ, ਤੂੰ ਚਾਹੁੰਦੀ ਹੈ? ਤਾਂ ਹੀ ਕਹਿੰਦੀ ਹਾਂ, ਅਗਲਾ ਵੀਕਐਂਡ ਉਡੀਕੇਂਗੀ? ਜੀਤੀ ਦੀ ਆਵਾਜ਼ ਕੁਝ ਭਾਰੀ ਹੋ ਗਈ। ਕਰਨਵੀਰ ਦਾ ਮਨ ਉਛਾਲੇ ਖਾਣ ਲੱਗਾ। ਬੋਲਿਆ, ਅਗਲਾ ਵੀਕਐਂਡ ਯਾਰ, ਕੱਲ੍ਹ ਨੂੰ ਨਹੀਂ ਆ ਸਕਦਾ? ਅੱਛਾ ਜੀ, ਇੰਨੀ ਬੇਤਾਬੀ ਹੈ, ਜਸਟਿਨ ਟਰੂਡੋ ਨੂੰ ਕਹਾਂਗੇ ਕਿ ਵੀਕ ਦੇ ਸਾਰੇ ਦਿਨ ਕੈਂਸਲ ਕਰ ਦੇਵੇ। ਹਾਂ, ਸਿਰਫ ਸੈਟਰਡੇ ਨਾਈਟ ਰੱਖੇ। ਅਗਲੇ ਸੈਟਰਡੇ ਝਾਂਜਰ 'ਚ ਕੋਈ ਪਾਰਟੀ ਨਹੀਂ ਹੈ, ਇਸ ਲਈ ਸਿਰਫ ਸੰਡੇ ਰੱਖੋ। ਸੰਡੇ ਕਿਉਂ? ਜੀਤੀ ਇੱਕ ਪਲ ਚੁੱਪ ਕਰ ਗਈ, ਫਿਰ ਬੋਲੀ, ਸੰਡੇ ਲਾਟਰੀ ਕਰਨੀ ਹੁੰਦੀ ਹੈ। ਇਹ ਆ ਕੇ ਜੀਤੀ ਖਿੜਖਿੜਾ ਕੇ ਹੱਸ ਪਈ। ਫਿਰ ਬੋਲੀ, CN ਟਾਵਰ ਨਹੀਂ ਦੇਖਣਾ ਅਗਲੇ ਸੰਡੇ? ਬੁੱਧੂ, ਆ ਇੰਨੀ ਬੇਸਬਰੀ ਹੈ ਦੇਖਣ ਦੀ? ਮੇਰਾ ਤਾਂ ਦੇਖਿਆ ਤੈਨੂੰ ਦਿਖਾ ਕੇ ਲਿਆਉਣਾ। ਬੇਸਬਰੀ ਜੀਤੀ ਨੂੰ ਸੀ ਜਾਂ ਨਹੀਂ, ਇਸ ਬਾਰੇ ਕਰਨਵੀਰ ਨੂੰ ਪੂਰਾ ਨਹੀਂ ਸੀ ਪਤਾ, ਪਰ ਉਹਨੂੰ ਜੀਤੀ ਦੇ ਨਾਲ ਤੁਰਨ ਦੀ ਤਾਂਘ ਜ਼ਰੂਰ ਸੀ। ਕਾਂਡ 7, ਗੁਰਸੀਰ। ਚਾਹ ਦੀ ਆਖਰੀ ਘੁੱਟ ਭਰ ਕੇ ਖਾਲੀ ਗਲਾਸ ਮੇਜ਼ 'ਤੇ ਰੱਖਦਾ ਗੁਰਸੀਰ ਦਾ ਵੱਡਾ ਭਰਾ ਬਲਵੀਰ ਬੋਲਿਆ, ਚਲੀਏ ਫਿਰ, ਢੋਈ ਸਿੱਧੀ ਕਰ ਲੈਂਦਾ, ਸਾਰੇ ਰਾਹ ਬੈਠਾ ਆਇਆ, ਗੁਰਸੀਰ ਨੇ ਜਵਾਬ 'ਚ ਕਿਹਾ। ਬਲਵੀਰ ਹਫ਼ਤਾ ਪਹਿਲਾਂ ਹੀ ਗੁਰਸੀਰ ਵਾਲੇ ਰੂਟ ਵਿਧਵਾ ਹੋਈ ਭੈਣ ਨੂੰ ਸਹਾਰਾ ਦੇਣ ਵਿਨੀਪੈਗ ਪਹੁੰਚਿਆ ਸੀ। ਟੋਰਾਂਟੋ ਤੋਂ ਵਾਪਸੀ 'ਤੇ ਅੱਜ ਗੁਰਸੀਰ ਉਹਨੂੰ ਆਪਣੇ ਨਾਲ ਹੀ ਟਰੱਕ ਰਾਹੀਂ ਸਰੀ ਲੈ ਆਇਆ ਸੀ। ਉਹਨਾਂ ਨੇ ਆ ਕੇ ਚਾਹ ਹੀ ਪੀਤੀ ਸੀ, ਗੁਰਸੀਰ ਨੇ ਤਾਂ ਹਾਲੇ ਚਾਹ ਮੁਕਾਈ ਵੀ ਨਹੀਂ ਸੀ। ਢੋਈ ਤਾਂ ਹੁਣ ਆਥਣੀ ਸਿੱਧੀ ਕਰਾਂਗੇ, ਆਖਦਾ ਬਲਵੀਰ ਉੱਠ ਖਲੋਤਾ। ਗੁਰਸੀਰ ਸੋਫੇ 'ਤੇ ਬੈਠਾ ਰਿਹਾ, ਬੋਲਿਆ, ਬਹਿ ਜਾ ਹਾਲੇ, ਮੈਨੂੰ ਚਾਹ ਤਾਂ ਪੀ ਲੈਣ ਦੇ, ਕੰਮ ਤਾਂ ਵੀਰ ਜੀ ਹੁੰਦੇ ਹੀ ਰਹਿਣੇ ਆ। ਗੁਰਸੀਰ ਨੂੰ ਨਹਾ ਲੈਣ ਦਿਓ, ਕਿੰਨੇ ਦਿਨਾਂ ਬਾਅਦ ਮੁੜੇ ਆ। ਸਟੋਵ ਨਾਲ ਢਾਸਣਾ ਲਾਈ ਖੜੀ ਅੰਮ੍ਰਿਤ ਬੋਲੀ, ਬੇਸਮੈਂਟ ਦੀ ਬੈਠਕ ਖਾਣੇ ਵਾਲਾ ਕਮਰਾ ਤੇ ਰਸੋਈ ਲਈ ਇੱਕ ਹੀ ਕਮਰਾ ਸੀ, ਜਿਸਟ ਫਰਿੱਜ, ਸਟੋਵ, ਇੱਕ ਸੋਫਾ ਤੇ ਕੌਫੀ ਟੇਬਲ ਪਏ ਸੀ। ਫਰਿੱਜ ਤੇ ਸਟੋਵ ਮਕਾਨ ਮਾਲਕ ਦੇ ਸੀ ਤੇ ਸੋਫਾ ਤੇ ਕੌਫੀ ਟੇਬਲ ਗੁਰਸੀਰ ਨੇ ਗੈਰੇਜ ਸੇਲ ਤੋਂ ਪੁਰਾਣੇ ਖਰੀਦੇ ਸੀ। ਪਿਛਲੀ ਵਾਰ ਟਰੱਕ ਦੇ ਗੇੜੇ ਤੋਂ ਮੁੜੇ ਗੁਰਸੀਰ ਨੇ ਬਲਵੀਰ ਦੇ ਆਉਣ ਬਾਰੇ ਸੁਣ ਕੇ ਇੱਕ ਗੱਦਾ ਖਰੀਦ ਲਿਆਂਦਾ ਸੀ, ਉਹ ਸੋਫੇ ਦੇ ਸਾਹਮਣੇ ਕੰਧ ਨਾਲ ਖੜਾ ਕੀਤਾ ਹੋਇਆ ਸੀ। ਉਸ ਵੱਲ ਹੱਥ ਕਰਦਾ ਗੁਰਸੀਰ ਬੋਲਿਆ, ਉਹ ਹੈ ਤੇਰਾ ਮੰਜਾ, ਤੇ ਜੇ 2 ਮਿੰਟ ਆਰਾਮ ਕਰਨਾ ਤਾਂ ਗੱਦੇ ਨੂੰ ਸਿੱਧਾ ਕਰ ਲੈ, ਮੈਂ ਉਨੇ ਚਿਰ ਨਹਾ ਲਵਾਂ। ਬਲਵੀਰ ਨੇ ਗੱਦੇ ਵੱਲ ਦੇਖਿਆ, ਫਿਰ ਬੋਲਿਆ, ਮੇਰਾ ਫਿਕਰ ਨਾ ਕਰ, ਤੂੰ ਛੇਤੀ ਨਾਲ ਨਹਾ ਲੈ, ਫਿਰ ਚੱਲਦੇ ਹਾਂ। ਚਾਹ ਪੀ ਕੇ ਗੁਰਸੀਰ ਨਹਾਉਣ ਲੱਗ ਪਿਆ। ਜਦ ਇਹ ਨਹਾ ਕੇ ਬੈਡਰੂਮ 'ਚ ਗਿਆ, ਅੰਮ੍ਰਿਤ ਨੂੰ ਉੱਥੇ ਬੈਠੀ ਦੇਖ ਕੇ ਪੁੱਛਿਆ, ਤੂੰ ਅੰਦਰ ਆ ਕੇ ਕਿਉਂ ਬੈਠ ਗਈ? ਹੋਰ ਤੁਸਤਾਂ ਨਹਾਉਣ ਲੱਗ ਪਏ ਸੀ, ਮੈਂ ਵੀਰ ਜੀ ਕੋਲ ਇਕੱਲੀ ਕਿਵੇਂ ਬਹਿੰਦੀ? ਅੰਮ੍ਰਿਤ ਨੇ ਆਵਾਜ਼ ਬਹੁਤ ਹੀ ਨੀਵੀਂ ਕਰਕੇ ਕਿਹਾ। ਗੁਰਸੀਰ ਨੇ ਕੋਈ ਜਵਾਬ ਨਾ ਦਿੱਤਾ। ਉਹਦੇ ਮਨ 'ਚ ਕੁਝ ਦਿਨ ਪਹਿਲਾਂ ਦੀ ਵਾਰਤਾਲਾਪ ਆ ਗਈ। ਬਲਵੀਰ ਦੇ ਆਉਣ ਦੀ ਖਬਰ ਸੁਣ ਕੇ ਅੰਮ੍ਰਿਤ ਨੇ ਪੁੱਛਿਆ ਸੀ, ਵੀਰ ਜੀ ਰਹਿਣਗੇ ਕਿੱਥੇ? ਇੱਥੇ ਆਪਣੇ ਕੋਲ ਹੀ ਰਹੂਗਾ, ਹੋਰ ਕਿੱਥੇ? ਗੁਰਸੀਰ ਨੇ ਜਵਾਬ ਦਿੱਤਾ ਸੀ, ਪਰ ਤੁਸੀਂ ਤਾਂ ਟਰੱਕ 'ਤੇ ਚਲੇ ਜਾਂਦੇ ਹੋ, ਮੈਂ ਇਕੱਲੀ ਕਿਵੇਂ? ਆਖਦੀ ਅੰਮ੍ਰਿਤ ਚੁੱਪ ਕਰ ਗਈ ਸੀ। ਕੁਛ ਨਹੀਂ ਕਹਿੰਦਾ ਤੈਨੂੰ, ਇਉਂ ਹੀ ਸਾਰਨਾ ਪੈਣਾ, ਮੈਨੂੰ ਤਾਂ ਸੋਚ ਕੇ ਹੋਰ ਉਂਝੇ ਲੱਗਦਾ। ਇੰਡੀਆ ਵੀ ਤਾਂ ਰਹਿੰਦੀ ਸੀ ਨਾਲ, ਉੱਥੇ ਹੋਰ ਗੱਲ ਸੀ, ਘਰ ਦੇ ਹੋਰ ਜੀ ਹੁੰਦੇ ਸੀ, ਖੁੱਲ੍ਹਾ ਵਿਹੜਾ ਸੀ, ਆਪਦਾ ਕਮਰਾ ਸੀ ਅਤੇ ਇੱਥੇ ਭੋਰਾ ਭਰਤਾ। ਤੇਰੀ ਆਫਟਰਨੂਨ ਸ਼ਿਫਟ ਹੈ, ਜਦੋਂ ਨੂੰ ਤੂੰ ਕੰਮ ਤੋਂ ਮੁੜਿਆ ਕਰਨਾ, ਇਹਨੇ ਸੁੱਤਾ ਹੋਇਆ ਕਰਨਾ, ਸਵੇਰੇ ਇਹਨੇ ਕੰਮ 'ਤੇ ਹੋਇਆ ਕਰਨਾ। ਉਹ ਗੁਰਪ੍ਰੀਤ ਵੀਰ ਜੀ ਕੇ ਘਰ ਨਹੀਂ ਰਹਿ ਸਕਦੇ? ਪਹਿਲਾਂ ਤਾਂ ਕੁਛ ਦਿਨ ਆਪਣੇ ਕੋਲ ਰਹੋ, ਮੈਂ ਵੀ ਕੁਛ ਦਿਨ ਛੁੱਟੀ ਕਰ ਲਊਂਗਾ, ਫਿਰ ਦੇਖਾਂਗੇ ਕੀ ਬਣਦਾ। ਉਸ ਵਾਰਤਾਲਾਪ ਨੂੰ ਯਾਦ ਕਰਕੇ ਗੁਰਸੀਰ ਨੇ ਕੱਪੜੇ ਪਾਏ ਅਤੇ ਬੋਲਿਆ, ਅੰਮ੍ਰਿਤ ਐਵੇਂ ਨਾ ਫਿਕਰਾਂ 'ਚ ਪੈ ਜਾਇਆ ਕਰ, ਟੱਪ ਜਾਂਦਾ ਹੁੰਦਾ ਟਾਈਮ। ਫਿਰ ਅੰਮ੍ਰਿਤ ਦੀ ਗੱਲ 'ਤੇ ਬੋਲੀ ਜੀ ਥਪਕੀ ਦੇ ਕੇ ਕਮਰੇ 'ਚੋਂ ਬਾਹਰ ਆ ਗਿਆ। ਗੁਰਸੀਰ ਨੇ ਬਲਵੀਰ ਨੂੰ ਆਪਣੇ ਹਾਂਡਾ ਸਿਵਿਕ ਕਾਰ 'ਚ ਬਿਠਾਇਆ ਅਤੇ ਉਹ ਬਲਵੀਰ ਦੇ ਸਾਧੂ ਦੇ ਭਰਾ ਗੁਰਪ੍ਰੀਤ ਦੇ ਘਰ ਵੱਲ ਚੱਲ ਪਏ। ਅੱਗੋਂ ਗੁਰਪ੍ਰੀਤ ਨੇ ਉਹਨਾਂ ਨੂੰ ਆਪਣੀ ਜਾਣ ਪਹਿਚਾਣ ਵਾਲੇ ਇਮੀਗ੍ਰੇਸ਼ਨ ਸਲਾਹਕਾਰ ਕੋਲ ਬਲਵੀਰ ਦੇ ਕੈਨੇਡਾ 'ਚ ਪੱਕਾ ਹੋਣ ਦਾ ਰਾਹ ਲੱਭਣ ਲਈ ਲੈ ਕੇ ਜਾਣਾ ਸੀ। ਗੁਰਪ੍ਰੀਤ ਦੇ ਆਲੀਸ਼ਾਨ ਘਰ ਮੂਹਰੇ ਕਾਰ ਰੋਕਦੇ ਜਗਸੀਰ ਦੇ ਚਿੱਤ 'ਚ ਆਈ ਕਿ ਜੇ ਗੁਰਪ੍ਰੀਤ ਆਪ ਹੀ ਆਪਣੀ ਕਾਰ 'ਚ
ਲੈ ਕੇ ਜਾਣ ਲਈ ਆਖ ਦੇਵੇ ਤਾਂ ਚੰਗਾ। ਗੁਰਸੀਰ ਦੀ ਕਾਰ ਦਾ ਏਸੀ ਨਹੀਂ ਸੀ ਚੱਲਦਾ, ਮੁਰਲਾ ਸਵਾਰੀ ਵਾਲੇ ਪਾਸੇ ਦਾ ਸ਼ੀਸ਼ਾ ਵੀ ਹੇਠਾਂ ਨਹੀਂ ਸੀ ਹੁੰਦਾ। ਗੁਰਪ੍ਰੀਤ ਨੇ ਉਹਦੀ ਇਹ ਚਿੰਤਾ ਆਪੇ ਹੱਲ ਕਰਤੀ, ਬੋਲੇ ਆ ਜਾਓ ਮੇਰੀ ਗੱਡੀ 'ਚ ਚੱਲਦੇ ਹਾਂ। ਠੀਕ ਹੈ ਜੀ, ਆ ਕੇ ਉਹ ਝੱਟ ਉਹਦੀ ਮਰਸਡੀਜ਼ 'ਚ ਜਾ ਬੈਠੇ। 15 ਕੁ ਮਿੰਟਾਂ ਬਾਅਦ ਗੁਰਪ੍ਰੀਤ ਨੇ ਆਪਣੀ ਕਾਰ ਇੱਕ ਘਰ ਮੂਹਰੇ ਰੋਕੀ ਤੇ ਬੋਲੇ ਆ ਜਾਓ, ਇਹ ਤਾਂ ਕਿਸੇ ਦਾ ਘਰ ਲੱਗਦਾ। ਗੁਰਸੀਰ ਨੇ ਬਾਹਰ ਦੇਖਦੇ ਆ ਕਿਹਾ, ਹਾਂ ਉਹ ਘਰੋਂ ਹੀ ਕੰਮ ਚਲਾਉਂਦਾ ਹੈ। ਗੁਰਪ੍ਰੀਤ ਦਾ ਇਹ ਜਵਾਬ ਸੁਣ ਕੇ ਬਲਵੀਰ ਨੇ ਮੁਰਝਾਈ ਆਵਾਜ਼ 'ਚ ਕਿਹਾ, ਅੱਛਾ। ਇਮੀਗ੍ਰੇਸ਼ਨ ਸਲਾਹਕਾਰ ਹਰਵੀਰ ਦੀ ਬੈਠਕ ਦੇ ਕੋਨੇ 'ਚ ਇੱਕ ਮੇਜ਼ ਦੁਆਲੇ 4 ਕੁਰਸੀਆਂ ਡਾਹ ਕੇ ਬਣਾਏ ਦਫ਼ਤਰ ਵੱਲ ਦੇਖਦਿਆਂ ਗੁਰਸੀਰ ਦੇ ਦਿਮਾਗ 'ਚ ਆਪਣੇ ਇਮੀਗ੍ਰੇਸ਼ਨ ਸਲਾਹਕਾਰ ਰਾਕੇਸ਼, ਜਿਸ ਨਾਲ ਉਹਨੂੰ ਵਿਨੀਪੈਗ ਵਾਲੇ ਸਲਾਹਕਾਰ ਨੇ ਮਿਲਵਾਇਆ ਸੀ, ਦੇ ਦਫ਼ਤਰ ਦੀ ਚਕਾਚੌਂਦ ਆ ਗਈ। ਗੁਰਸੀਰ ਆਪਣੇ ਅੰਦਰ ਹੀ ਦੋਨਾਂ ਦਫ਼ਤਰਾਂ ਦਾ ਮੁਕਾਬਲਾ ਕਰ ਰਿਹਾ ਸੀ ਕਿ ਉਹਦੇ ਕੰਨੀ ਹਰਵੀਰ ਦੇ ਬੋਲ ਟਕਰਾਏ। ਉਹ ਗੁਰਪ੍ਰੀਤ ਨਾਲ ਗੱਲੀ ਲੱਗਾ ਹੋਇਆ ਆਖ ਰਿਹਾ ਸੀ, ਮੈਂ ਤਾਂ ਹੁਣ ਮੋਰਟਗੇਜ ਬ੍ਰੋਕਰ ਦਾ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹਾ। ਵਕੀਲ ਸਾਹਿਬ ਮੇਰੇ ਲਈ ਵੀ ਕੋਈ ਰਾਹ ਦੱਸੋ, ਬਲਵੀਰ ਵਿੱਚੋਂ ਹੀ ਬੋਲਿਆ। ਗੁਰਸੀਰ ਨੇ ਉਸ ਵੱਲ ਦੇਖਿਆ, ਉਹਦੀ ਇਹ ਕਾਲ ਗੁਰਸੀਰ ਨੂੰ ਚੰਗੀ ਨਾ ਲੱਗੀ। ਹਰਵੀਰ ਮੁਸਕਰਾਇਆ, ਫਿਰ ਬੋਲਿਆ, ਬਲਵੀਰ ਜੀ ਮੈਂ ਵਕੀਲ ਨਹੀਂ ਇਮੀਗ੍ਰੇਸ਼ਨ ਕੰਸਲਟੈਂਟ ਹਾਂ, ਸਲਾਹਕਾਰ। ਮੈਂ ਤੁਹਾਡੇ ਪੇਪਰ ਫਾਈਲ ਕਰ ਸਕਦਾ, ਇਹ ਦੱਸ ਸਕਦਾ ਕਿ ਤੁਹਾਨੂੰ ਇੱਥੇ ਪੱਕੇ ਹੋਣ ਲਈ ਕਿੰਨੇ ਪੁਆਇੰਟ ਚਾਹੀਦੇ ਆ, ਉਹ ਪੁਆਇੰਟ ਕਿੱਥੋਂ ਕਿੱਥੋਂ ਬਣ ਸਕਦੇ ਆ, ਪਰ ਸਾਰਾ ਕੁਝ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ। ਦੂਜੀ ਗੱਲ, ਜਿਵੇਂ ਗੁਰਪ੍ਰੀਤ ਹੋਰਾਂ ਨੇ ਦੱਸਿਆ ਕਿ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਏ ਹੋ ਅਤੇ ਵਰਕ ਪਰਮਿਟ ਲੱਭਦੇ ਹੋ, ਗੱਲ ਇਹ ਹੈ ਕਿ ਜਿਵੇਂ ਅੱਜ ਕੱਲ੍ਹ ਪੰਜਾਬ ਤੋਂ ਆਉਣ ਵਾਲੇ ਬਹੁਤੇ ਵਿਜ਼ਿਟਰ ਕਰ ਰਹੇ ਹੈ, ਜੌਬਾਂ ਖਰੀਦ ਰਹੇ ਹੈ, ਵੇਚਣ ਵਾਲੇ ਵੇਚ ਰਹੇ ਹੈ, ਇਮੀਗ੍ਰੇਸ਼ਨ ਕੰਸਲਟੈਂਟ ਵਿਚੋਲੇ ਬਣੇ ਹੋਏ ਹੈ। ਮੈਂ ਵਿਚੋਲਗਰੀ ਨਹੀਂ ਕਰਦਾ, ਤੁਸੀਂ ਆਪਣਾ ਕੋਈ ਇੰਪਲਾਇਰ ਲੱਭ ਲਓ, ਤੁਹਾਡੀ ਫਾਈਲ ਮੈਂ ਲਾ ਦੇਵਾਂਗਾ। ਤੁਸੀਂ ਨਹੀਂ ਜਾਣਦੇ ਕਿਸੇ LMI ਵਾਲੇ ਨੂੰ, ਗੁਰਸੀਰ ਨੇ ਪੁੱਛਿਆ। ਨਹੀਂ, ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਾ, ਮੈਂ ਦਲਾਲ ਨਹੀਂ, ਮੈਂ ਇਸ LMI ਦੇ ਚੱਕਰ 'ਚ ਪੈਂਦਾ ਹੀ ਨਹੀਂ, ਪਰ ਸਾਡੇ ਲੋਕਾਂ ਨੇ ਇਹ ਨਵਾਂ ਰਾਹ ਲੱਭ ਲਿਆ। ਸਰਕਾਰ ਕੋਲ ਝੂਠ ਬੋਲਦੇ ਆ ਵੀ ਸਾਨੂੰ ਕੈਨੇਡਾ 'ਚ ਇਸ ਕੰਮ ਲਈ ਢੁੱਕਵਾਂ ਉਮੀਦਵਾਰ ਨਹੀਂ ਮਿਲਦਾ, ਸਾਨੂੰ ਕਿਸੇ ਵਿਦੇਸ਼ੀ ਨੂੰ ਜੌਬ ਦੇਣ ਦੀ ਮਨਜ਼ੂਰੀ ਦਿੱਤੀ ਜਾਏ, ਅਤੇ ਮਨਜ਼ੂਰੀ ਲੈਣ ਦੇ ਪ੍ਰੋਸੈਸ 'ਤੇ ਵੱਧ ਤੋਂ ਵੱਧ 2000 ਖਰਚ ਆਉਂਦਾ। ਤੁਹਾਡੇ ਸਾਹਮਣੇ ਹੈ ਵੀ ਕਿੰਨੇ ਕਿੰਨੇ ਦੀ ਵੇਚਦੇ ਆ। ਵੇਖੋ, ਜੇ ਕਿਸੇ ਇੰਪਲਾਇਰ ਨੂੰ ਸੱਚੀ ਵਿਦੇਸ਼ੀ ਕੰਮਾਂ ਚਾਹੀਦਾ ਤਾਂ ਉਹ ਆਪ ਸਰਕਾਰ ਦੀ ਫੀਸ ਭਰੇ ਅਤੇ ਮਨਜ਼ੂਰੀ ਲੈ ਕੇ ਕੰਮਾਂ ਰੱਖ ਲਏ, ਪਰ ਨਹੀਂ, ਇੱਕ ਧੰਦਾ ਬਣ ਗਿਆ। ਇੰਪਲਾਇਰ ਪਹਿਲਾਂ ਕਿਸੇ ਜੌਬ ਲਈ ਝੂਠੀ ਐਡਵਰਟਾਈਜ਼ਮੈਂਟ ਕਰਦੇ ਆ, ਕਈ ਵਿਚਾਰੇ ਲੋੜਵੰਦ ਉਸ ਜੌਬ ਲਈ ਅਪਲਾਈ ਕਰ ਦਿੰਦੇ ਆ, ਕਿਸੇ ਨਾ ਕਿਸੇ ਤਰੀਕੇ ਇੰਟਰਵਿਊਆਂ 'ਤੇ ਆ ਵੀ ਜਾਂਦੇ ਆ, ਪਰ ਉਹਨਾਂ ਨੂੰ ਕੀ ਪਤਾ ਹੁੰਦਾ ਵੀ ਇਹ ਜੌਬ ਤਾਂ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਐਡਵਰਟਾਈਜ਼ ਕੀਤੀ ਹੈ। ਇਹ ਸੁਣਦਿਆਂ ਗੁਰਸੀਰ ਦੇ ਚੇਤੇ 'ਚ ਉਹ ਦਿਨ ਆ ਗਿਆ ਜਿਸ ਦਿਨ ਅੰਮ੍ਰਿਤ ਦੀ ਪੀਜ਼ਾ ਸ਼ੌਪ 'ਤੇ ਇੰਟਰਵਿਊ ਦਿਵਾਉਣ ਲਈ ਬਰਫ਼ਬਾਰੀ ਦੇ ਵਿੱਚ ਐਡਮਿੰਟਨ ਤੋਂ ਟਰੱਕ 'ਚ ਲਾ ਕੇ ਪਹੁੰਚਿਆ ਸੀ। ਗੁਰਸੀਰ ਨੂੰ ਹਰਵੀਰ ਸੱਚਾ ਸੁੱਚਾ ਬੰਦਾ ਲੱਗਾ, ਉਹ ਹਰਵੀਰ ਦੀਆਂ ਗੱਲਾਂ ਹੋਰ ਵੀ ਧਿਆਨ ਨਾਲ ਸੁਣਨ ਲੱਗਾ। ਆਖ ਰਿਹਾ ਸੀ, ਇਸ ਸਾਰੇ ਵਰਤਾਰੇ ਨੂੰ ਵੇਖ ਕੇ ਕੋਫਤ ਹੁੰਦੀ ਹੈ, ਆਪਣੇ ਆਪ ਨੂੰ ਪੰਜਾਬੀ ਅਖਵਾਉਂਦਿਆਂ ਸ਼ਰਮ ਆਉਂਦੀ ਹੈ, ਹੁਣ ਤਾਂ ਮੈਂ ਇਹ ਕੰਮ ਹੀ ਛੱਡਣ ਲੱਗਾ। ਇੱਦਾਂ ਨਾ ਕਰੋ ਜੀ, ਗੁਰਸੀਰ ਦੇ ਮੂੰਹ ਆਪ ਮੁਹਾਰੇ ਨਿਕਲ ਗਿਆ। ਰੋਟੀ ਤਾਂ ਖਾਣੀ ਹੈ ਭਾਈ ਮੇਰੇ, ਲੋਕ ਮੇਰੇ ਤੋਂ ਸਲਾਹ ਲੈ ਜਾਂਦੇ ਆ, ਮੁੜ ਕੇ ਕੋਈ ਨਹੀਂ ਆਉਂਦਾ, ਤੁਸੀਂ ਕਿਹੜਾ ਆਉਣਾ। ਨਹੀਂ ਜੀ, ਅਸੀਂ ਤਾਂ ਹੋਰ ਕਿਤੇ ਜਾ ਹੀ ਨਹੀਂ ਸਕਦੇ, ਤੁਸੀਂ ਸਾਡੀਆਂ ਅੱਖਾਂ ਖੋਲ੍ਹਤੀਆਂ, ਸਾਨੂੰ ਸਲਾਹ ਦਿਓ ਕਿ ਕੀ ਕਰੀਏ। ਬਲਵੀਰ ਨੇ ਪੁੱਛਿਆ, ਸਲਾਹ ਤੁਹਾਨੂੰ ਦੇ ਹੀ ਦਿੱਤੀ ਹੈ ਵੀ ਜੇ ਵਰਕ ਪਰਮਿਟ ਲੈਣਾ ਤਾਂ ਕੋਈ ਇੰਪਲਾਇਰ ਲੱਭੋ ਜਿਹੜਾ ਤੁਹਾਨੂੰ ਕੰਮ ਦੇ ਸਕੇ। ਵਾਪਸੀ 'ਤੇ ਗੁਰਪ੍ਰੀਤ ਦੀ ਕਾਰ 'ਚ ਬੈਠਦਿਆਂ ਬਲਵੀਰ ਬੋਲਿਆ, ਬੰਦਾ ਤਾਂ ਇਹ ਖਰਾ ਲੱਗਦਾ, ਤਾਂ ਹੀ ਤਾਂ ਲੈ ਕੇ ਆਇਆ ਇਸ ਕੋਲ, ਗੁਰਪ੍ਰੀਤ ਨੇ ਜਵਾਬ ਦਿੱਤਾ। ਪਰ ਕੰਮ ਵਾਲਾ ਕਿਵੇਂ ਲੱਭਾਂਗੇ, ਗੁਰਸੀਰ ਨੇ ਪੁੱਛਿਆ। ਗੁਰਪ੍ਰੀਤ ਹੋਰੀ ਲੱਭ ਕੇ ਦੇਣਗੇ, ਕਿੰਨੇ ਪੁਰਾਣੇ ਆਏ ਵੇ ਆ ਇੱਥੇ, ਇਹਨਾਂ ਦੀ ਬਥੇਰੀ ਜਾਣ ਪਛਾਣ ਹੋਏਗੀ, ਬਲਵੀਰ ਨੇ ਜਵਾਬ ਦਿੱਤਾ। ਜਾਣ ਪਛਾਣ ਤਾਂ ਬਹੁਤ ਹੈ, ਪਰ ਇਹ ਕੰਮ ਵਾਲੇ ਆਪਣੀ ਜਾਣ ਪਛਾਣ ਵਾਲਿਆਂ ਨੂੰ LMI ਨਹੀਂ ਦਿੰਦੇ, ਅਗਲਾ ਕਿੱਥੇ ਛੱਡਦਾ ਜਦੋਂ ਮੁਫ਼ਤ 'ਚ ਮਿਲਦੇ ਆ $1000। ਗੁਰਪ੍ਰੀਤ ਢਿੱਲੀ ਆਵਾਜ਼ 'ਚ ਬੋਲਿਆ, ਮੈਂ ਤਾਂ ਤੁਹਾਡੀ ਮਦਦ ਦੀ ਝਾਗ 'ਚ ਆਇਆ ਕੈਨੇਡਾ, ਬਲਵੀਰ ਬੋਲਿਆ। ਤੁਹਾਡਾ ਰੀਅਲ ਅਸਟੇਟ ਦਾ ਕੰਮ ਹੈ, ਕਿਸੇ ਕੰਸਟਰਕਸ਼ਨ ਵਾਲੇ ਨੂੰ ਪੁੱਛ ਦੇਖੋ, ਬਹੁਤ ਮਕਾਨ ਬਣੀ ਜਾਂਦੇ ਅੱਜ ਕੱਲ੍ਹ, ਗੁਰਸੀਰ ਨੇ ਕਿਹਾ। ਕਰਦੇ ਹਾਂ ਕੋਈ ਵਸੀਲਾ, ਕਿਸੇ ਸੋਚ 'ਚ ਖੁੱਭੇ, ਗੁਰਪ੍ਰੀਤ ਨੇ ਜਵਾਬ ਦਿੱਤਾ। ਸ਼ੀਰੇ ਟਾਈ ਵੀ ਲਾ ਲਵਾਂ, ਗੁਸਲਖਾਨੇ 'ਚੋਂ ਬਾਹਰ ਆਉਂਦੇ ਬਲਵੀਰ ਨੇ ਪੁੱਛਿਆ। ਗੁਰਸੀਰ ਨੇ ਚਿਹਰਾ ਘੁਮਾ ਕੇ ਬਲਵੀਰ ਵੱਲ ਦੇਖਿਆ ਅਤੇ ਉਹਨੂੰ ਕੋਟ ਪੈਂਟ 'ਚ ਸਜੇ ਨੂੰ ਦੇਖ ਕੇ ਬੋਲਿਆ, ਨਹੀਂ ਟਾਈ ਰਹਿਣ ਦੇ, ਮੈਂ ਤਾਂ ਕਹਿੰਦਾ ਕੋਟ ਪੈਂਟ ਦੀ ਥਾਂ ਵੀ ਸਧਾਰਨ ਕੱਪੜੇ ਪਾ ਲਾ। ਨਹੀਂ, ਕੋਟ ਪੈਂਟ ਚੰਗਾ ਲੱਗਦਾ, ਬੰਦੇ ਦਾ ਪਤਾ ਲੱਗਦਾ ਪੜ੍ਹੇ ਲਿਖੇ ਹੋਣ ਦਾ। ਗੁਰਸੀਰ ਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ, ਉਹਨੇ ਹੱਸ ਕੇ ਕਿਹਾ, ਆਪਾਂ ਤੇਰੇ ਸਕੂਲ ਨਹੀਂ ਚੱਲੇ ਜਿਹੜੀ ਇੰਨੀ ਟੌਰ ਕੱਢੀ ਹੈ, ਆਪਾਂ ਡਰਾਈ ਵਾਲ 'ਤੇ ਟੇਪਿੰਗ ਕਰਨ ਵਾਲੇ ਬੰਦੇ ਨੂੰ ਮਿਲਣ ਚੱਲੇ ਹਾਂ, ਚੰਗਾ ਜੇ ਟਾਈ ਨਹੀਂ ਲਾਉਣ ਦੇਣੀ ਤਾਂ ਉੱਠ ਚੱਲੀਏ। ਬਲਵੀਰ ਦੀ ਇਹ ਗੱਲ ਸੁਣ ਕੇ ਗੁਰਸੀਰ ਸੋਫੇ ਤੋਂ ਉੱਠ ਖਲੋਤਾ। ਉਹ ਗੁਰਪ੍ਰੀਤ ਦੇ ਘਰ ਵੱਲ ਚੱਲ ਪਏ। ਰਾਤ ਹੀ ਗੁਰਪ੍ਰੀਤ ਦਾ ਫੋਨ ਆ ਗਿਆ ਸੀ, ਉਹਨੂੰ ਕੋਈ ਬੰਦਾ ਲੱਭ ਲਿਆ ਸੀ ਜਿਹਨੂੰ ਕਾਮੇ ਦੀ ਜ਼ਰੂਰਤ ਸੀ। ਗੁਰਪ੍ਰੀਤ ਨੇ ਉਹਨਾਂ ਨੂੰ ਉਸ ਬੰਦੇ ਨਾਲ ਮਿਲਾਉਣ ਲੈ ਕੇ ਜਾਣਾ ਸੀ।
ਗੁਰਪ੍ਰੀਤ ਨੇ ਮਿਲਦਿਆਂ ਬਲਵੀਰ ਵੱਲ ਤੱਕ ਕੇ ਕਿਹਾ, ਵੀਰ ਜੀ ਤਾਂ ਪੂਰੀ ਤਿਆਰੀ ਕਰਕੇ ਚੱਲੇ ਆ। ਬਲਵੀਰ ਮੁਸਕਰਾ ਪਿਆ ਪਰ ਗੁਰਸੀਰ ਝੇਂਪ ਗਿਆ। ਕਾਰ 'ਚ ਬੈਠਦਿਆਂ ਗੁਰਪ੍ਰੀਤ ਬੋਲਿਆ, ਆਪਾਂ ਜਿੱਥੇ ਚੱਲੇ ਹਾਂ ਉੱਥੇ ਨਵੇਂ ਟਾਊਨ ਹਾਊਸ ਬਣ ਰਹੇ ਆ, ਉੱਥੇ ਹੀ ਕੰਮ ਕਰਦਾ ਹੈ ਮੱਖਣ ਜਿਹਨੂੰ ਆਪਾਂ ਮਿਲਣਾ ਹੈ। ਇਹ ਪਹਿਲਾਂ ਆਪਣੀ ਬੇਸਮੈਂਟ 'ਚ ਰਹਿੰਦਾ ਸੀ, ਟੇਪਿੰਗ ਦਾ ਕੰਮ ਕਰਦਾ, ਕੰਮ ਵਧਾ ਲਿਆ ਉਹਨੇ, ਨਾਲ ਦੀ ਨਾਲ ਇੱਕ ਅੱਧਾ ਘਰ ਵੀ ਬਣਾ ਕੇ ਵੇਚ ਦਿੰਦਾ, ਆਪਣੇ ਥਰੂ ਹੀ ਵੇਚਦਾ, ਚੰਗਾ ਆਪਣੇ ਨਾਲ ਉਹਦਾ ਗੱਲ ਬਣ ਜਾਊ ਫਿਰ ਤਾਂ। ਬਲਵੀਰ ਨੇ ਕਿਹਾ, ਹਾਂ ਲੱਗਦਾ ਤਾਂ ਹੈ, ਬਾਕੀ ਦੇਖਦੇ ਹਾਂ ਜਾ ਕੇ ਕੀ ਕਹਿੰਦਾ, ਤੁਸੀਂ ਸਿੱਧੀ ਗੱਲ ਕਰ ਲਿਓ। ਗੁਰਪ੍ਰੀਤ ਦੀ ਇਸ ਗੱਲ ਦਾ ਕਿਸੇ ਨੇ ਜਵਾਬ ਨਾ ਦਿੱਤਾ। ਗੁਰਪ੍ਰੀਤ ਮੁੜ ਬੋਲਿਆ, ਹੁਣ ਟਾਊਨ ਹਾਊਸ ਬਹੁਤ ਬਣਨ ਲੱਗ ਪਏ ਆ, ਪਿਛਲੇ ਸਾਲਾਂ 'ਚ ਰੀਅਲ ਇਸਟੇਟ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਪਹਿਲਾਂ ਕੈਨੇਡਾ 'ਚ ਨਵੇਂ ਆਏ ਬੇਸਮੈਂਟਾਂ ਤੋਂ ਸਿੱਧੇ ਘਰਾਂ 'ਚ ਜਾਂਦੇ ਸੀ, ਹੁਣ ਘਰਾਂ ਨੂੰ ਹੱਥ ਨਹੀਂ ਪੈਂਦਾ, ਬੇਸਮੈਂਟ ਤੋਂ ਟਾਊਨ ਹਾਊਸ, ਫਿਰ ਕੁਝ ਸਾਲਾਂ ਬਾਅਦ ਘਰ ਖਰੀਦਦੇ ਆ। ਟਾਊਨ ਹਾਊਸ ਵੀ ਤਾਂ ਘਰ ਹੀ ਹੁੰਦੇ ਆ, ਗੁਰਸੀਰ ਬੋਲਿਆ, ਹੁੰਦੇ ਤਾਂ ਘਰ ਹੀ ਆ ਪਰ ਛੋਟੇ ਹੁੰਦੇ ਆ, ਨਾਲ ਨਾਲ ਸਮਝ ਲਓ ਜਿਵੇਂ ਕੁਆਟਰ ਹੋਣ। ਆਪਣੇ ਬੰਦਿਆਂ ਕੋਲ ਜਿੰਨਾ ਚਿਰ ਆਪਦੀ ਵਲਗਣ ਵਾਲਾ ਪੂਰਾ ਘਰ ਨਾ ਹੋਵੇ ਤਸੱਲੀ ਨਹੀਂ ਮਿਲਦੀ। ਗੁਰਪ੍ਰੀਤ ਨੇ ਕਾਰ ਰੋਕਦਿਆਂ ਕਿਹਾ, ਉਹ ਕਾਰ 'ਚੋਂ ਬਾਹਰ ਆ ਗਏ। ਗੁਰਸੀਰ ਨੇ ਬਣ ਰਹੀਆਂ ਇਮਾਰਤਾਂ ਦੀ ਲੰਬੀ ਕਤਾਰ ਵੱਲ ਦੇਖਿਆ ਤੇ ਗੁਰਪ੍ਰੀਤ ਦੇ ਮਗਰ ਤੁਰ ਪਿਆ। ਮੀਂਹ ਪੈ ਕੇ ਹਟਿਆ ਸੀ, ਧਰਤੀ 'ਤੇ ਚਿੱਕੜ ਸੀ। ਆਪਣੇ ਪੋਲਿਸ਼ ਕੀਤੇ ਚਮੜੇ ਦੇ ਬੂਟਾਂ ਨੂੰ ਬੋਝ ਬੋਝ ਰੱਖਦੇ ਬਲਵੀਰ ਵੱਲ ਵੇਖ ਕੇ ਗੁਰਸੀਰ ਬੋਲਿਆ, ਬਲਵੀਰ ਡਿੱਗ ਨਾ ਪਈ, ਗੁਰਪ੍ਰੀਤ ਦੇ ਮਗਰ ਤੁਰ ਪਏ ਹਾਂ, ਇਹ ਨਹੀਂ ਡਿੱਗਣ ਦਿੰਦਾ ਆਪਾਂ ਨੂੰ। ਆਜੋ ਆਜੋ ਆਪਾਂ ਇਸ ਬਿਲਡਿੰਗ 'ਚ ਜਾਣਾ, ਹਾਲੇ ਇੱਥੇ ਖੜੋ ਮੈਂ ਦੇਖਦਾ। ਆਖਦਿਆਂ ਗੁਰਪ੍ਰੀਤ ਨੇ ਖੁੱਲ੍ਹੇ ਬੂਹੇ 'ਤੇ ਹੱਥ ਮਾਰਿਆ, ਫਿਰ ਉੱਚੀ ਆਵਾਜ਼ 'ਚ ਬੋਲਿਆ, ਮੱਖਣ ਸਿਆਂ। ਅੰਦਰੋਂ ਕੋਈ ਹੁੰਗਾਰਾ ਨਾ ਆਇਆ, ਅੰਦਰ ਧੂੜ ਨਾਲ ਭਰਿਆ ਪਿਆ ਸੀ। ਬਲਵੀਰ ਧੂੜ ਵੱਲ ਵੇਖ ਕੇ ਗੁਰਸੀਰ ਦੇ ਪਿੱਛੇ ਖੜ ਗਿਆ, ਕਿਸੇ ਨਾਲ ਫੋਨ 'ਤੇ ਗੱਲੀ ਲੱਗਾ ਲੱਗਦਾ। ਗੁਰਪ੍ਰੀਤ ਨੇ ਆ ਰਹੀ ਆਵਾਜ਼ ਵੱਲ ਧਿਆਨ ਦਿਵਾਉਂਦਿਆਂ ਕਿਹਾ, ਆਪ ਹੀ ਆਜੋ ਬਾਹਰ, ਹੋ ਆਪਾਂ ਕਿਉਂ ਜਾਣਾ ਅੰਦਰ ਧੂੜ 'ਚ, ਮੈਂ ਮੈਸੇਜ ਛੱਡ ਦਿੰਦਾ ਫੋਨ 'ਤੇ। ਆਖਦਿਆਂ ਗੁਰਪ੍ਰੀਤ ਆਪਣੇ ਫੋਨ 'ਤੇ ਉਂਗਲਾਂ ਚਲਾਉਣ ਲੱਗਾ। ਉਧਰੋਂ ਵਿਹਲਾ ਹੋ ਕੇ ਬੋਲਿਆ, ਘਰਾਂ ਬਾਰੇ ਥੋੜ੍ਹਾ ਜਿਹਾ ਦੱਸ ਦਿੰਦਾ ਤੁਹਾਨੂੰ। ਉਹਨਾਂ ਚਿਰ ਲੱਕੜ ਦੀ ਫਰੇਮਿੰਗ ਹੁੰਦੀ ਹੈ, ਪਹਿਲਾਂ 16 ਇੰਚ ਦੀ ਵਿੱਥ 'ਤੇ 2x4 ਲੱਕੜਾਂ ਦੇ ਬਾਲੇ ਖੜ੍ਹੇ ਕੀਤੇ ਹੁੰਦੇ ਆ। ਉਹਨਾਂ ਵਿੱਚ ਦੀ ਸਾਰੀਆਂ ਪਲੰਬਿੰਗ, ਹੀਟਿੰਗ ਵਗੈਰਾ ਦੀਆਂ ਪਾਈਪਾਂ ਅਤੇ ਬਿਜਲੀ ਦੀਆਂ ਤਾਰਾਂ ਵਗਾਉਂਦੇ ਆ। ਜਦੋਂ ਸਾਰੀ ਰਫ ਇਨ ਮੁਕੰਮਲ ਹੋ ਜਾਂਦੀ ਹੈ, ਫਿਰ ਫਰੇਮ ਨੂੰ ਸ਼ੀਟਾਂ ਨਾਲ ਕਵਰ ਕਰ ਦਿੰਦੇ ਆ। ਇਹ ਸ਼ੀਟਾਂ ਚੂਨੇ ਜਿਹੇ ਦੀਆਂ ਹੁੰਦੀਆਂ, ਡਰਾਈ ਵਾਲ ਵਾਲ ਕਹਿੰਦੇ ਆ ਇਹਨਾਂ ਨੂੰ। ਜਦੋਂ ਉਹ ਲੱਗ ਜਾਂਦੀਆਂ, ਫਿਰ ਆਪਣੇ ਬੰਦੇ ਦਾ ਕੰਮ ਸ਼ੁਰੂ ਹੁੰਦਾ ਜਿਹਨੂੰ ਆਪਾਂ ਮਿਲਣ ਆਏ ਹਾਂ। ਇਹ ਸ਼ੀਟਾਂ ਦੇ ਜੋੜਾ ਵਗੈਰਾ ਨੂੰ, ਮੇਖਾਂ ਵਾਲੇ ਥਾਵਾਂ ਨੂੰ ਅਤੇ ਕੋਨਿਆਂ 'ਤੇ ਨੂੰ ਮੱਡ ਅਤੇ ਟੇਪ ਨਾਲ ਭਰ ਦਿੰਦੇ ਆ, ਫਿਰ ਸ਼ੈੱਡ ਕਰ ਮਾਰ ਕੇ ਸਮੂਥ ਕਰ ਦਿੰਦੇ ਆ, ਫਿਰ ਸੈਂਡ ਮਾਰ ਕੇ ਸਮੂਥ ਕਰ ਦਿੰਦੇ ਆ। ਆਹ ਉਹਦੀ ਉਹ ਧੂੜ ਹੈ, ਇਹ ਆਖ ਕੇ ਗੁਰਪ੍ਰੀਤ ਨੇ ਬਲਵੀਰ ਵੱਲ ਵੇਖਿਆ। ਬਲਵੀਰ ਦੇ ਬੋਲਣ ਤੋਂ ਪਹਿਲਾਂ ਹੀ ਗੁਰਸੀਰ ਬੋਲਿਆ, ਬੰਦਾ ਉਹੋ ਜਿਹਾ ਹੋ ਜਾਂਦਾ ਹੈ, ਪਹਿਲਾਂ ਥੋੜ੍ਹੇ ਦਿਨ ਔਖਾ ਜਿਹਾ ਲੱਗਦਾ। ਹਾਂ ਇਹ ਤਾਂ ਹੈ, ਬਲਵੀਰ ਨੇ ਢਿੱਲੀ ਆਵਾਜ਼ 'ਚ ਕਿਹਾ। ਚੰਗਾ ਤੁਸੀਂ ਖੜੋ ਇੱਥੇ, ਮੈਂ ਨਾਲ ਦੇ ਟਾਊਨ ਹਾਊਸਾਂ 'ਚ ਆਪਣੇ ਬਿਜ਼ਨਸ ਕਾਰਡ ਰੱਖਾਵਾਂ। ਆਏ ਤਾਂ ਹਾਂ, ਹੁਣ ਆਖ ਕੇ ਗੁਰਪ੍ਰੀਤ ਤੁਰ ਗਿਆ। ਉਹਦੇ ਜਾਂਦਿਆਂ ਗੁਰਸੀਰ ਬੋਲਿਆ, ਐਵੇਂ ਨਾ ਡੋਲ ਜਾਈ। ਨਹੀਂ ਡੋਲਣਾ ਕਾਹਦਾ ਜਦੋਂ ਆ ਹੀ ਗਏ ਇੱਥੇ। ਗੁਰਸੀਰ ਨੇ ਅੱਗੋਂ ਕੁਛ ਨਹੀਂ ਕਿਹਾ, ਉਹਨਾਂ ਵਿੱਚ ਚੁੱਪ ਵਰਤ ਗਈ। ਕਿਸੇ ਦੀ ਫੋਨ 'ਤੇ ਹੋ ਰਹੀ ਗੱਲਬਾਤ ਉਹਨਾਂ ਦੇ ਕੰਨਾਂ 'ਚ ਪੈਣ ਲੱਗੀ। ਕੋਈ ਆਖ ਰਿਹਾ ਸੀ, ਤੂੰ ਪ੍ਰਾਈਸ ਹੋਰ ਘੱਟ ਕਰ ਦੇ, ਆਪਾਂ ਇਹ ਕੰਟਰੈਕਟ ਲੈਣਾ ਹੀ ਲੈਣਾ ਹੈ। ਹੈਂ, ਕੋਈ ਨਾ, ਬਚ ਜਾਣਗੇ ਜਿੰਨੇ ਵੀ ਬਚਣ, ਬਥੇਰੇ ਆਏ ਹੋਏ ਆ ਵਿਜ਼ਿਟਰ, ਹੈਂ ਹੋਰ ਲੈ ਲਾਂਗੇ, ਇਹ ਕੰਮ ਨਾ ਹੱਥੋਂ ਜਾਣ ਦੇ। ਚੰਗਾ ਮੇਰਾ ਵੀਰ, ਆਵਾਜ਼ ਬੰਦ ਹੋ ਗਈ। ਕੁਝ ਪਲਾਂ ਬਾਅਦ ਇੱਕ ਆਦਮੀ ਬਾਹਰ ਆਇਆ ਤੇ ਬੋਲਿਆ, ਹਾਂ ਬਈ ਗੁਰਪ੍ਰੀਤ ਨਾਲ ਆਏ ਹਾਂ, ਬਲਵੀਰ ਨੇ ਜਵਾਬ ਦਿੱਤਾ। ਬੰਦੇ ਨੇ ਬਲਵੀਰ ਵੱਲ ਦੇਖਿਆ, ਫਿਰ ਉਸ ਵੱਲੋਂ ਨਿਗਾਹ ਹਟਾ ਕੇ ਗੁਰਸੀਰ ਵੱਲ ਦੇਖਦਾ ਬੋਲਿਆ, ਹਾਂ ਤੈਨੂੰ ਚਾਹੀਦਾ ਕੰਮ? ਨਹੀਂ, ਮੇਰੇ ਕੋਲ ਤਾਂ ਹੈ, ਮੇਰਾ ਭਰਾ ਇੰਡੀਆ ਤੋਂ ਹੈ, ਮੱਖਣ ਹੈ ਮੇਰਾ ਨਾਂ, ਆ ਜਾਓ ਅੰਦਰ। ਮੱਖਣ ਨੇ ਇੱਕ ਵਾਰ ਫਿਰ ਬਲਵੀਰ ਵੱਲ ਦੇਖਿਆ ਤੇ ਅੰਦਰ ਵੱਲ ਮੁੜ ਗਿਆ। ਗੁਰਸੀਰ ਤੇ ਬਲਵੀਰ ਉਹਦੇ ਮਗਰ ਤੁਰ ਪਏ। ਮੱਖਣ ਦੇ ਪਿੱਛੇ ਪੌੜੀਆਂ ਚੜ੍ਹਦਿਆਂ ਧੂੜ ਕਾਰਨ ਗੁਰਸੀਰ ਨੂੰ ਆਪਣਾ ਸਾਹ ਘੁੱਟ ਹੁੰਦਾ ਲੱਗਾ। ਮੱਖਣ ਇੱਕ ਕਮਰੇ ਮੂਹਰੇ ਖੜ ਗਿਆ ਤੇ ਬੋਲਿਆ, ਆਹ ਕੰਮ ਹੈ? ਗੁਰਸੀਰ ਤੇ ਬਲਵੀਰ ਨੇ ਕਮਰੇ ਅੰਦਰ ਕੰਮ ਕਰ ਰਹੇ ਬੰਦੇ ਵੱਲ ਦੇਖਿਆ। ਉਹਦੇ ਚਿਹਰੇ 'ਤੇ ਮਾਸਕ ਲੱਗਿਆ ਸੀ, ਇੱਕ ਡੰਡੇ ਜਿਹਦੇ ਸਿਰੇ 'ਤੇ 9x3 ਇੰਚ ਦਾ ਸੈਂਡਰ ਜੁੜਿਆ ਸੀ ਨੂੰ ਕੰਧ ਉੱਤੇ ਫੇਰ ਰਿਹਾ ਸੀ, ਰੇਗ ਮਾਰ ਫੇਰ ਰਿਹਾ। ਬੰਦਾ ਸਫੈਦ ਧੂੜ ਨਾਲ ਲੱਟਿਆ ਪਿਆ ਸੀ। ਪਹਿਲਾਂ ਅਸੀਂ ਮੱਡ ਨਾਲ ਜੋੜ ਭਰਦੇ ਹਾਂ, ਫਿਰ ਰਫ ਸੈਂਡ ਕਰਦੇ ਹਾਂ, ਫਿਰ ਫਾਈਨ ਸੈਂਡ ਕਰਦੇ ਹਾਂ। ਹੁਣ ਰਫ ਸੈਂਡ ਹੋ ਰਹੀ ਹੈ ਤਾਂ ਹੀ ਇੰਨੀ ਡਸਟ ਹੈ, ਮੱਖਣ ਨੇ ਦੱਸਿਆ। ਫਿਰ 2 ਹੋਰ ਕਮਰੇ ਆ ਜਿਨ੍ਹਾਂ 'ਚ ਹੋਰ ਬੰਦੇ ਰੇਗ ਮਾਰ ਫੇਰ ਰਹੇ ਸੀ। ਗੇੜਾ ਕਢਾ ਕੇ ਮੱਖਣ ਬੋਲਿਆ, ਕਿਉਂ ਕਰ ਲਏਂਗਾ? ਤੇ ਬਿਨਾਂ ਬਲਵੀਰ ਦਾ ਜਵਾਬ ਉਡੀਕ ਕੇ ਹੀ ਫਿਰ ਬੋਲਿਆ, ਸਾਡੇ ਕੋਲ 2 ਟੀਮਾਂ ਹੈ, 4-4 ਬੰਦਿਆਂ ਦੀਆਂ, ਇੱਕ ਮੇਰੇ ਕੋਲ ਹੈ ਤੇ ਦੂਜੀ ਮੇਰੇ ਪਾਰਟਨਰ ਕੋਲ। ਮੇਰਾ ਪਾਰਟਨਰ ਕਿਤੇ ਐਸਟੀਮੇਟ ਦੇਣ ਗਿਆ, ਇਹ ਆਖਦਾ ਮੱਖਣ ਉਹਨਾਂ ਨੂੰ ਫਿਰ ਪੌੜੀਆਂ ਕੋਲ ਲੈ ਆਇਆ ਤੇ ਬਲਵੀਰ ਵੱਲ ਦੇਖ ਕੇ ਮੁਸਕੜੀਆਂ ਹੱਸਦਾ ਬੋਲਿਆ, ਇੱਥੇ ਗੱਲ ਕਰਨੀ ਹੈ ਕਿ ਬਾਹਰ ਖੜੀਏ?
ਗੁਰਸੀਰ ਨੂੰ ਲੱਗਿਆ ਬਲਵੀਰ ਨੂੰ ਜੋਣ ਲਈ ਮੱਖਣ ਨੇ ਇਸ ਤਰ੍ਹਾਂ ਪੁੱਛਿਆ ਸੀ। ਉਹਨੇ ਬਲਵੀਰ ਦੇ ਬੋਲਣ ਤੋਂ ਪਹਿਲਾਂ ਕਿਹਾ, ਜਿੱਥੇ ਤੁਸੀਂ ਕਹੋ, ਜੱਟਾਂ ਦੇ ਮੁੰਡਿਆਂ ਬਥੇਰੇ ਵਾਹਣ ਵਾਹੇ ਆ। ਠੀਕ ਹੈ ਫਿਰ ਆ ਜਾਓ। ਆਖਦਾ ਮੱਖਣ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਆਇਆ ਅਤੇ ਬੋਲਿਆ, ਗੱਲ ਇੱਦਾਂ ਬਈ, ਸਾਡੇ ਕੋਲ ਬਹੁਤ ਹੈ, ਕੰਮ ਸਾਡੇ ਕੋਲ ਬਹੁਤ ਹੈ, ਮੈਂ ਸਿੱਧੀ ਗੱਲ ਕਰਦਾ ਹੁੰਦਾ। ਹਾਂ, ਵਿਜ਼ਟਰ ਆਉਣ ਵਾਲੇ ਬਹੁਤੇ ਪੜ੍ਹੇ ਲਿਖੇ ਬੰਦੇ ਹੁੰਦੇ ਆ, ਪਿੱਛੇ ਨੌਕਰੀਆਂ ਕਰਦੇ ਆਏ ਹੁੰਦੇ ਆ, ਆਦਤਾਂ ਹੁੰਦੀਆਂ ਵਿਗੜੀਆਂ, ਮਾੜਾ ਜਿਹਾ ਜ਼ੁਕਾਮ ਹੋਇਆ ਤਾਂ ਛੁੱਟੀ, ਛੁੱਟੀ ਨਹੀਂ ਸਾਡੇ ਕੰਮ 'ਤੇ ਪੁੱਗਦੀ, ਕੰਮ ਦੀ ਮਾਰੋ ਮਾਰ ਹੈ। ਅਸੀਂ ਪੇਂਟ ਵਾਸਤੇ ਤਿਆਰ ਕਰਨੀ ਹੁੰਦੀ ਹੈ ਕੰਧ, ਜੇ ਪੇਂਟ ਵਾਲਿਆਂ ਨੂੰ ਸੋਮਵਾਰ ਨੂੰ ਤਿਆਰ ਚਾਹੀਦੀ ਹੈ ਤਾਂ ਸਾਨੂੰ ਹਰ ਹਾਲਤ 'ਚ ਤਿਆਰ ਕਰਕੇ ਦੇਣੀ ਪੈਂਦੀ ਹੈ, ਭਾਵੇਂ ਬਿਮਾਰ ਹੋਈਏ, ਭਾਵੇਂ ਐਤਵਾਰ ਆ ਜੇ, ਭਾਵੇਂ ਰਾਤ ਪੈ ਜੇ। ਹਾਂ, ਬਾਕੀ ਘੰਟੇ ਕੰਮ ਦੇ ਬਹੁਤ ਬਣ ਜਾਂਦੇ ਆ, ਕਮਾਈ ਪੂਰੀ ਹੋਊ ਤੇਰੀ, ਪਰ ਓਵਰ ਟਾਈਮ ਦੇਣਾ ਨਹੀਂ ਸਾਨੂੰ ਪੁੱਗਦਾ, ਨਾ ਸਾਨੂੰ ਕਿਸੇ ਨੇ ਦਿੱਤਾ। ਜਦੋਂ ਅਸੀਂ ਕਿਸੇ ਨਾਲ ਕੰਮ ਕਰਦੇ ਸੀ, ਨਾ ਅਸੀਂ ਕਿਸੇ ਨੂੰ ਦੇਈਏ, ਪੁੱਗਦਾ ਹੀ ਨਹੀਂ, ਕੰਪੀਟੀਸ਼ਨ ਬਹੁਤ ਹੈ। ਜੇ ਗੱਲ ਪੁੱਗਦੀ ਆ ਤਾਂ ਹਾਂ ਕਰੀ, ਪਿੱਛੋਂ ਨਾ ਬਦਨਾਮ ਕਰਿਓ ਵੀ ਐਕਸਪਲੈਟ ਕਰਦੇ ਆ, ਇਹ ਨਹੀਂ ਅਸੀਂ ਕਰਦੇ, ਅਸੀਂ ਵੀ ਐਵੇਂ ਹੀ ਕੰਮ ਕਰਦੇ ਹਾਂ, ਅਸੀਂ ਅਣਸਰਦੇ ਨੂੰ ਛੁੱਟੀ ਕਰਦੇ ਹਾਂ, ਸਾਨੂੰ ਕਿਹੜਾ ਕੋਈ ਓਵਰ ਟਾਈਮ ਦਿੰਦਾ, ਅਸੀਂ ਤਾਂ ਸਗੋਂ ਆਪਣੇ ਭਾਈ ਬੰਦਾਂ ਨੂੰ ਜੋਬਾਂ ਦੇਣ ਲਈ ਰੇਟ ਘਟਾ ਕੇ ਕੰਮ ਹਾਸਲ ਕਰਦੇ ਹਾਂ। ਠੀਕ ਹੈ ਨਾ, ਬਾਕੀ ਰਹੀ ਡਾਲਿਆਂ ਦੀ ਗੱਲ, 10 ਡਾਲੇ ਦੇਵਾਂਗੇ ਘੰਟੇ ਦੇ, ਕਾਗਜ਼ਾਂ 'ਚ 18 ਹੋਣਗੇ, ਸਾਰਾ ਟੈਕਸ ਤੁਸੀਂ ਦੇਣਾ, ਕਰ ਲਿਓ ਰਹਿ, ਜੇ ਪੁੱਗਦਾ ਤਾਂ ਦੱਸ ਦਿਓ, ਕੱਲ੍ਹ ਤੋਂ ਹੀ ਚੁੱਕ ਲਿਆਇਆ ਕਰਾਂਗੇ। ਕੰਮ ਲਈ ਚੁੱਕਣ ਛੱਡਣ ਦੀ ਜ਼ਿੰਮੇਵਾਰੀ ਸਾਡੀ, ਪਰ ਸਾਡੇ ਪਹੁੰਚਣ ਤੋਂ ਪਹਿਲਾਂ ਖੜ੍ਹੇ ਹੋਵੋ ਬਾਹਰ। ਬਲਵੀਰ ਜਿਵੇਂ ਉਹਦੇ ਚੁੱਪ ਕਰਨ ਦੀ ਉਡੀਕ ਕਰ ਰਿਹਾ ਸੀ, ਝੱਟ ਬੋਲਿਆ, ਇੱਦਾਂ ਤਾਂ ਲਾਂਭਾ ਨਹੀਂ ਆਉਣ ਦਿੰਦਾ। ਮੱਖਣ ਹੱਸਿਆ, ਫਿਰ ਬੋਲਿਆ, ਇਹੋ ਜਿਹੇ ਲਾਂਭੇ ਤਾਂ ਕੈਨੇਡੇ ਦੀ ਪੱਕੀ ਮੋਹਰ ਲੱਗਣ ਤੋਂ ਬਾਅਦ ਸ਼ੁਰੂ ਹੁੰਦੇ ਆ, ਜਿੰਨਾ ਚਿਰ ਮੋਹਰ ਨਹੀਂ ਲੱਗਦੀ ਉਨਾ ਚਿਰ ਤਾਂ ਸਾਰੇ ਸੱਤ ਬਚਨ ਹੀ ਆਖਦੇ ਆ, ਸਟੂਡੈਂਟ ਨਿਤ ਆਉਂਦੇ ਆ ਜੋਬ ਮੰਗਣ, ਪਰ ਮੈਂ ਨੇੜੇ ਨਹੀਂ ਲੱਗਣ ਦਿੰਦਾ ਉਹਨਾਂ ਨੂੰ, ਉਹ ਟਿੱਕ ਕੇ ਕੰਮ ਨਹੀਂ ਕਰਦੇ, ਸਾਨੂੰ ਤਾਂ ਫੈਮਿਲੀ ਪਰਸਨ ਚਾਹੀਦੇ ਆ ਜਿਹੜੇ ਪਿੱਛੇ ਵੀ ਗੁਣ ਨਾ ਭੁਲਾਉਣ। ਮੈਂ ਕਿੱਥੇ ਜਾਣਾ ਕੰਮ ਛੱਡ ਕੇ, ਤੁਸੀਂ ਦਿਓ ਸਹੀ ਕੰਮ, ਬਲਵੀਰ ਨੇ ਕਿਹਾ। ਠੀਕ ਹੈ, ਗੁਰਪ੍ਰੀਤ ਭਾ ਨੂੰ ਆ ਜਾਣ ਦਿਓ, ਉਹਦੇ ਸਾਹਮਣੇ ਹੀ ਗੱਲ ਕਰਦੇ ਹਾਂ। ਆ ਕੇ ਮੱਖਣ ਆਪਣੇ ਫੋਨ 'ਤੇ ਉਂਗਲਾਂ ਮਾਰਨ ਲੱਗਾ, ਉਹਦੇ ਗੁਰਪ੍ਰੀਤ ਆ ਗਿਆ ਉਸ ਵੱਲ ਵੇਖਦਾ। ਮੱਖਣ ਬੋਲਿਆ, ਮੈਂ ਤੁਹਾਨੂੰ ਹੀ ਫੋਨ ਕਰਨ ਲੱਗਾ ਸੀ ਭਾ, ਮੈਂ ਦੱਸਦਾ ਕੰਮ ਬਾਰੇ ਇਹਨਾਂ ਨੂੰ, ਐਲਾ ਮੈਂ ਆਈ ਬਾਰੇ ਪੁੱਛਦੇ ਆ। ਅੱਛਾ ਦੱਸੋ ਫਿਰ, ਗੱਲ ਇੱਦਾਂ ਭਾ ਕੇ ਰੇਟ ਚੱਲਦਾ 35,000, ਤੁਹਾਡੇ ਕਰ ਦੂੰ 30,000। ਜੇ ਇਮੀਗ੍ਰੇਸ਼ਨ ਵਾਲਾ ਸਾਡਾ ਆਪਣਾ ਬੰਦਾ ਹੋਵੇ ਫਿਰ, ਬਲਵੀਰ ਨੇ ਵਿੱਚੋਂ ਹੀ ਪੁੱਛਿਆ। ਨਾ ਨਾ, ਇਹ ਜਮਾਂ ਹੀ ਨਹੀਂ ਹੋਣਾ, ਹੋਰ ਇਮੀਗ੍ਰੇਸ਼ਨ ਵਾਲਾ ਨਹੀਂ ਵਾੜਨਾ ਵਿੱਚ, ਸਾਡੀ ਇੱਕ ਨਾਲ ਗੱਲ ਖੁੱਲ੍ਹੀ ਹੈ, ਉਹੀ ਰੱਖਣਾ, ਉਹਨੇ ਹੀ ਸਾਰਾ ਪੇਪਰ ਵਰਕ ਕਰਨਾ। ਮੱਖਣ ਦੀ ਇਸ ਗੱਲ ਪਿੱਛੇ ਸਾਰੇ ਚੁੱਪ ਕਰ ਗਏ। ਫਿਰ ਬਲਵੀਰ ਹੀ ਬੋਲਿਆ, ਮੈਂ ਤਾਂ 10,000 ਹੀ ਲਿਆਇਆ ਸੀ, ਮੈਂ ਕਿਹੜਾ ਹੁਣੇ ਮੰਗਦਾ, ਜਦੋਂ ਤੱਕ LMI 'ਚ ਨਾ ਪੈ ਕੇ ਆਉਣਾ ਉਦੋਂ ਤੱਕ ਕਰ ਲਓ, ਜੇ ਇੰਡੀਆ ਤੋਂ ਮੰਗਵਾਉਣਾ ਹੈ ਤਾਂ ਮੇਰਾ ਇਮੀਗ੍ਰੇਸ਼ਨ ਵਾਲਾ ਉਹ ਵੀ ਕਰਵਾ ਦਿੰਦਾ। ਹੈਗੇ ਜੇ ਬੰਦੇ, ਹੈਗੇ ਆ ਬੰਦੇ ਉਹਦੇ ਕੋਲ ਇੱਥੇ। ਮੱਖਣ ਦੀ ਇਹ ਗੱਲ ਸੁਣ ਕੇ ਬਲਵੀਰ ਨੇ ਗੁਰਸੀਰ ਵੱਲ ਦੇਖਿਆ, ਚੁੱਪ ਹੀ ਰਿਹਾ। ਮੱਖਣ ਫਿਰ ਬੋਲਿਆ, ਮੈਂ 18 ਸਾਲ ਪਹਿਲਾਂ 22 ਲੱਖ ਰੁਪਈਆ ਦੇ ਕੇ ਲੰਘਿਆ ਸੀ ਰਿਫਿਊਜੀ, ਹੁਣ ਦੇਖ ਲਓ ਮੌਜਾਂ ਕਰੀ ਦੀਆਂ, ਤੁਸੀਂ ਸਲਾਹ ਕਰ ਲਓ। ਸੋਚਾਂ 'ਚ ਡੁੱਬੇ ਖੜ੍ਹੇ ਬਲਵੀਰ ਵੱਲ ਦੇਖ ਕੇ ਗੁਰਪ੍ਰੀਤ ਨੇ ਕਿਹਾ, ਕਿਵੇਂ ਚੱਲੀਏ ਫਿਰ? ਹਾਂ ਹਾਂ ਚਲੋ, ਬਲਵੀਰ ਬੋਲਿਆ ਅਤੇ ਉਹ ਗੁਰਪ੍ਰੀਤ ਦੇ ਪਿੱਛੇ ਉਹਦੀ ਕਾਰ ਵੱਲ ਤੁਰ ਪਏ। ਕਾਰ 'ਚ ਬੈਠਦਿਆਂ ਗੁਰਸੀਰ ਬੋਲਿਆ, ਦੇਖ ਲਓ, ਐਂ ਬੋਲਦਾ ਜਿਵੇਂ ਇਹਦੇ ਹੱਥ 'ਚ ਹੀ ਇਮੀਗ੍ਰੇਸ਼ਨ ਦੀ ਮੋਹਰ ਪੜੀ ਹੋਵੇ। ਬੋਲਣਾ ਹੀ ਹੈ, ਗੌਰਮੈਂਟ ਨੇ ਸੱਚੀ ਇਹਨਾਂ ਦੇ ਹੱਥ ਮੋਹਰ ਦੇ ਦਿੱਤੀ LMIA ਦੇ ਕੇ। ਗੁਰਪ੍ਰੀਤ ਨੇ ਹੁੰਗਾਰਾ ਭਰਿਆ, ਪਰ ਬਲਵੀਰ ਚੁੱਪ ਹੀ ਰਿਹਾ। ਗੁਰਸੀਰ ਨੂੰ ਉਹ ਸੋਚਾਂ 'ਚ ਡੁੱਬਿਆ ਲੱਗਿਆ। ਗੁਰਸੀਰ ਆਪ ਵੀ ਚੁੱਪ ਕਰ ਗਿਆ। ਗੁਰਪ੍ਰੀਤ ਨੇ ਚੁੱਪ ਨੂੰ ਤੋੜਿਆ, ਵੀਰ ਜੀ ਜੇ ਕੰਮ ਔਖਾ ਲੱਗਦਾ ਤਾਂ ਕਿਸੇ ਗੁਰਦੁਆਰੇ ਦੇ ਗ੍ਰੰਥੀ ਵਜੋਂ ਪੁੱਛ ਕੇ ਦੇਖੀਏ, ਮੈਂ ਤਾਂ ਕਿਤੇ ਪਾਠ ਕੀਤਾ ਨਹੀਂ, ਬਲਵੀਰ ਨੇ ਜਵਾਬ ਦਿੱਤਾ। ਅਗਲਿਆਂ ਨੂੰ ਕਿਹੜਾ ਅਸਲੀ ਗ੍ਰੰਥੀ ਚਾਹੀਦਾ ਹੁੰਦਾ, LMIA ਇਹ ਵੇਚਣ ਲਈ ਕਈ ਫਰਜ਼ੀ ਗੁਰਦੁਆਰਾ ਸੁਸਾਇਟੀਆਂ ਬਣ ਗਈਆਂ, ਫਰਜ਼ੀ ਗੁਰਦੁਆਰੇ 'ਚ ਕੰਮ ਤਾਂ ਨਹੀਂ ਹੋਣਾ, ਫਿਰ ਕੰਮ ਕਿਤੇ ਹੋਰ ਲੱਭਣਾ ਪਊਗਾ, ਅਤੇ ਜੇ LMIA ਖਰੀਦਣੀ ਹੈ ਫਿਰ ਇਹੀ ਮੱਖਣ ਵਾਲਾ ਕੰਮ ਕੀ ਮਾੜਾ, ਗੁਰਸੀਰ ਬੋਲਿਆ। ਕੱਲ੍ਹ ਜਿਵੇਂ ਹਰਵੀਰ ਕਹਿੰਦਾ ਸੀ, ਉਹ ਕੰਮ ਵਾਲਾ ਲੱਭੋ ਜਿਹਨੂੰ ਸੱਚੀ ਕੋਈ ਕੰਮਾਂ ਚਾਹੀਦਾ ਹੋਵੇ, ਉਹ ਨਹੀਂ ਪੈਸੇ ਲੈਂਦੇ, ਬਲਵੀਰ ਬੋਲਿਆ। ਵੀਰ ਜੀ ਬਹੁਤ ਪੁੱਛ ਪੜਤਾਲ ਕੀਤੀ ਹੈ ਮੈਂ, ਕੋਈ ਨਹੀਂ ਇਹੋ ਜਿਹਾ ਲੱਭਿਆ, ਗੁਰਪ੍ਰੀਤ ਨੇ ਜਵਾਬ ਦਿੱਤਾ। ਇੱਕ ਪਾਰਦਰਸ਼ੀ ਇਮੀਗ੍ਰੇਸ਼ਨ ਵਾਲਾ ਸੁਣਦੇ ਆ, ਉਹਦੀ ਪ੍ਰਧਾਨ ਮੰਤਰੀ ਨਾਲ ਫੋਟੋ ਛਪਦੀ ਹੈ ਇੰਡੀਆ ਦੇ ਅਖਬਾਰਾਂ 'ਚ, ਉਹ ਕਹਿੰਦਾ ਕਰਵਾ ਦਿੰਦਾ ਕੰਮ, ਬਲਵੀਰ ਨੇ ਕਿਹਾ। ਇੱਥੇ ਪ੍ਰਧਾਨ ਮੰਤਰੀ ਨਾਲ ਫੋਟੋ ਖਿਚਵਾਉਣੀ ਵੱਡੀ ਗੱਲ ਨਹੀਂ, ਪਾਰਟੀ ਵਾਲੇ ਜਦੋਂ ਫੰਡ ਰੇਜ਼ਿੰਗ ਡਿਨਰ ਕਰਦੇ ਆ, ਜਿਹੜਾ ਮਰਜ਼ੀ ਫੰਡ ਦੇ ਕੇ ਚਲਿਆ ਜਾਏ ਅਤੇ ਫੋਟੋਆਂ ਖਿਚਵਾਈ ਜਾਏ, ਗੁਰਪ੍ਰੀਤ ਨੇ ਜਵਾਬ ਦਿੱਤਾ। ਨਾਲੇ ਉਹਨੇ ਕਿਹੜਾ ਮੁਫਤੀ ਦਵਾ ਦੇਣੀ ਹੈ, ਰੋਜ਼ ਉਹਦੀ ਰੇਡੀਓ ਤੋਂ ਐਡ ਆਉਂਦੀ ਆ, ਗੁਰਸੀਰ ਨੇ ਦੱਸਿਆ। ਕਾਰ 'ਚ ਫਿਰ ਚੁੱਪ ਪਸਰ ਗਈ। ਕੁਝ ਪਲਾਂ ਬਾਅਦ ਗੁਰਸੀਰ ਨੇ ਤੋੜਦਿਆਂ ਕਿਹਾ, ਭਲਾ ਇਹ ਟੇਪਿੰਗ ਦਾ ਕੰਮ ਸ਼ੁਰੂ ਕਰਨ ਲਈ ਕੋਈ ਕੋਰਸ ਕਾਰਸ ਵੀ ਕਰਨਾ ਪੈਂਦਾ?
ਨਾ ਕੋਰਸ ਕਾਹਦਾ, ਮੋਟਾ ਠੁੱਲਾ ਕੰਮ ਹੈ, ਐਂ ਬੰਦੇ ਕੰਮ ਕਰਦਿਆਂ ਸਿੱਖ ਜਾਂਦੇ ਆ, ਗੁਰਪ੍ਰੀਤ ਨੇ ਦੱਸਿਆ। ਅਤੇ ਇਸ ਕੰਮ ਦੀ ਆਪਦੀ ਕੰਪਨੀ ਖੋਲ੍ਹਣ 'ਤੇ ਕਿੰਨਾ ਕੁ ਖਰਚਾ ਆ ਜਾਂਦਾ ਹੋਊ, ਗੁਰਸੀਰ ਨੇ ਪੁੱਛਿਆ। ਖਰਚ ਵੀ ਕੋਈ ਖਾਸ ਨਹੀਂ ਹੁੰਦਾ, ਮਾੜਾ ਮੋਟਾ ਟੂਲ ਵਗੈਰਾ ਖਰੀਦਣ 'ਤੇ ਆਉਂਦਾ ਹੋਣਾ, ਉਹ ਵੀ ਕੋਈ ਮਹਿੰਗੇ ਨਹੀਂ ਹੁੰਦੇ। ਕੋਈ ਮਸ਼ੀਨਰੀ ਨਹੀਂ ਖਰੀਦਣੀ, ਕੋਈ ਥਾਂ ਨਹੀਂ ਰੈਂਟ ਕਰਨੀ, ਬਸ ਕੰਮ ਆਉਂਦਾ ਹੋਣਾ ਚਾਹੀਦਾ। ਇਹ ਸੁਣ ਕੇ ਗੁਰਸੀਰ ਨੇ ਬਲਵੀਰ ਵੱਲ ਵੇਖਿਆ, ਉਹ ਸ਼ੀਸ਼ੇ ਰਾਹੀਂ ਬਾਹਰ ਵੱਲ ਵੇਖ ਰਿਹਾ ਸੀ। ਗੁਰਸੀਰ ਨੇ ਉਹਨੂੰ ਸੋਚਾਂ 'ਚੋਂ ਕੱਢਣਾ ਠੀਕ ਨਾ ਸਮਝਿਆ। ਉਹਨੇ ਸੋਚਿਆ ਉਹ ਕੰਮ ਬਾਰੇ ਵਿਚਾਰ ਕਰ ਰਿਹਾ ਹੋਵੇਗਾ। ਗੁਰਸੀਰ ਆਪ ਵੀ ਚੁੱਪ ਕਰ ਗਿਆ ਅਤੇ ਬਲਵੀਰ ਬਾਰੇ ਸੋਚਣ ਲੱਗਾ। ਫਿਰ ਆਪਣੀ ਕਾਰ 'ਚ ਬੈਠਦਿਆਂ ਗੁਰਸੀਰ ਨੇ ਬਲਵੀਰ ਦੀ ਰਾਏ ਜਾਣਨ ਲਈ ਉਹਤੋਂ ਪੁੱਛ ਲਿਆ, ਕਿਉਂ ਕੀ ਬਣਦਾ ਇਰਾਦਾ? ਕੰਮ ਤਾਂ ਔਖਾ ਸੌਖਾ ਕਰ ਲਓ, ਪਰ ਡਾਲਰ ਜ਼ਿਆਦਾ ਮੰਗਦਾ। ਮੈਂ ਤਾਂ ਸੋਚਦਾ ਸੀ 20,000 ਨਾਲ ਸਰ ਜਾਓ, ਤੂੰ ਇੰਨੇ ਹੀ ਦਿੱਤੇ ਸੀ। ਰੇਟ ਚੱਕੀ ਤੁਰੀ ਜਾਂਦੇ ਆ ਦਿਨੋ ਦਿਨ, ਮੇਰੇ ਦਿਮਾਗ 'ਚ ਹੋਰ ਸਕੀਮ ਆਉਂਦੀ ਹੈ। ਕੀ? 2 ਸਾਲਾਂ ਨੂੰ ਜਦੋਂ ਉਹਨੂੰ ਮੈਂ ਪੱਕਾ ਹੋਣਾ, ਤੈਨੂੰ ਓਪਨ ਵਰਕ ਪਰਮਿੰਟ ਮਿਲ ਜਾਊ, ਤੂੰ ਉਦੋਂ ਤੱਕ ਕੰਮ ਵੀ ਸਿੱਖ ਜਾਏਗਾ। ਫਿਰ ਆਪਾਂ ਆਪਣੀ ਕੰਪਨੀ ਖੋਲ੍ਹ ਲਾਂਗੇ, ਉਦੋਂ ਤੱਕ LMI ਦੇ ਰੇਟ ਵੀ ਵੱਧ ਜਾਣਗੇ, ਆਪਣੇ ਖਰਚੇ ਤਾਂ ਛੇਤੀ ਮੁੜ ਆਉਣਗੇ। ਕਰਦਿਆਂ ਚੁੱਪ ਕਰਕੇ ਆਖ ਕੇ ਗੁਰਸੀਰ ਨੇ ਬਲਵੀਰ ਵੱਲ ਦੇਖਿਆ, ਉਹਦੇ ਚਿਹਰੇ 'ਤੇ ਰੌਣਕ ਪਰਤ ਆਈ ਸੀ। ਕਾਂਡ 8 ਕਰਨਵੀਰ। ਅਗਲਾ ਐਤਵਾਰ ਕਰਨਵੀਰ ਲਈ ਮਸਾਂ ਬੌੜਿਆ ਸੀ। ਐਤਵਾਰ ਸਵੇਰ ਨੂੰ ਉਹ ਬੱਚਿਆਂ ਦੇ ਰੌਲੇ ਨਾਲ ਨਹੀਂ ਸੀ ਜਾਗਿਆ, ਉਹਦੀ ਆਪ ਹੀ ਅਲਾਰਮ ਦੇ ਬੋਲਣ ਤੋਂ ਪਹਿਲੇ ਅੱਖ ਖੁੱਲ੍ਹ ਗਈ। ਉਹ ਵਾਸ਼ਰੂਮ ਗਿਆ ਅਤੇ ਤਿਆਰ ਹੋਣ ਲੱਗਾ। ਸ਼ੀਸ਼ੇ ਮੂਹਰੇ ਖੜ੍ਹਾ ਕੇ ਸਾਨੂੰ ਸਵਾਰ ਦਾ ਗੁਣਗੁਣਾਉਣ ਲੱਗਾ। ਕਿਸੇ ਕੁੜੀ ਨਾਲ ਅਸਲ 'ਚੋਂ ਪਹਿਲੀ ਵਾਰ ਬਾਹਰ ਘੁੰਮਣ ਚੱਲਿਆ ਸੀ। ਬਣ ਠਣ ਕੇ ਉਹ 11 ਘਰੋਂ ਤੁਰ ਪਿਆ। ਸੈਂਡਲਵੁੱਡ ਲੂਪ ਤੋਂ ਸ਼ਾਪਰਜ਼ਵਰਡ ਤੱਕ ਜਾਣ ਲਈ ਉਹਨੇ 502 ਬੱਸ ਫੜ ਲਈ। ਉੱਥੇ ਹੀ ਉਹਨੂੰ ਜੀਤੀ ਨੇ ਮਿਲਣਾ ਸੀ। ਬੱਸ 'ਚ ਬੈਠ ਕੇ ਉਸ ਅੰਦਰ ਮੁੜ ਅਹਿਸਾਸ ਜਾਗ ਗਿਆ ਕਿ ਪਹਿਲੀ ਵਾਰ ਕਿਸੇ ਕੁੜੀ ਨਾਲ ਡੇਟ 'ਤੇ ਚੱਲਿਆ ਸੀ। ਉਹ ਸਵਾਦ ਸਵਾਦ ਹੋ ਗਿਆ। ਸਾਰਾ ਹਫ਼ਤਾ ਹੀ ਉਹ ਇਸ ਖਿਆਲ ਨਾਲ ਨਸ਼ਿਆਉਂਦਾ ਰਿਹਾ ਸੀ। ਉਹਨੇ ਗੂਗਲ ਤੋਂ ਕਈ ਵਾਰੀ ਪ੍ਰਸ਼ਨ ਪੁੱਛਿਆ ਸੀ ਕਿ ਪਹਿਲੀ ਡੇਟ ਵੇਲੇ ਮੁੰਡੇ ਨੂੰ ਕੀ ਕਰਨਾ ਚਾਹੀਦਾ, ਕਿਸ ਗੱਲੋਂ ਪਰਹੇਜ਼ ਕਰਨਾ ਚਾਹੀਦਾ। ਬੱਸ 'ਚ ਬੈਠਿਆਂ ਉਸ ਅੰਦਰ ਮੁੜ ਉਹੀ ਸੀਨ ਚੱਲ ਪਿਆ ਜਿਹਦੀ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਕਲਪਨਾ ਕਰਦਾ ਰਿਹਾ ਸੀ। ਫਿਲਮਾਂ 'ਚ ਦੇਖੇ ਅਨੁਸਾਰ CN ਟਾਵਰ ਦੇ ਸਿਖਰ 'ਤੇ ਪਹੁੰਚ ਕੇ ਉਹ ਜੀਤੀ ਦੇ ਹੱਥ ਵਿੱਚ ਹੱਥ ਪਾ ਕੇ ਤੁਰਦਾ ਰੁਕ ਜਾਏਗਾ ਅਤੇ ਉਹਦੇ ਮੂਹਰੇ ਝੁੱਕ ਕੇ ਪੁੱਛੇਗਾ, ਮੇਰੇ ਨਾਲ ਤੁਰੇਂਗੀ ਸਾਰੀ ਉਮਰ? ਸੁਪਨਿਆਂ 'ਚ ਗਵਾਚੇ ਕਰਨਵੀਰ ਨੂੰ ਪਤਾ ਹੀ ਨਾ ਲੱਗਾ ਕਿ ਬੱਸ ਕਦੋਂ ਸ਼ਾਪਰਜ਼ਵਰਡ ਪਹੁੰਚ ਗਈ ਸੀ। ਬੱਸ 'ਚੋਂ ਉਤਰ ਕੇ ਕਰਨਵੀਰ ਗੇਟਵੇ ਟਰਮੀਨਲ ਵੱਲ ਚੱਲ ਪਿਆ ਜਿੱਥੋਂ ਜੀਤੀ ਨੇ ਬੱਸ 'ਚੋਂ ਉਤਰਨਾ ਸੀ। ਜੀਤੀ ਦੀ ਬੱਸ ਜਲਦੀ ਆ ਗਈ। ਬੱਸ 'ਚੋਂ ਉਤਰਦੀ ਜੀਤੀ ਨੂੰ ਦੇਖ ਉਹਨੂੰ ਆਪਣੇ ਦਿਲ ਦੀ ਧੜਕਣ ਵੱਧਦੀ ਲੱਗੀ, ਜਿਵੇਂ ਉਹਨੂੰ ਪਹਿਲੀ ਵਾਰ ਮਿਲ ਰਿਹਾ ਹੋਵੇ। ਚਿੱਟੀ ਪੈਂਟ, ਹਲਕਾ ਗੁਲਾਬੀ ਸਵੈਟਰ ਅਤੇ ਉੱਪਰ ਲਾਲ ਪਰਕਾ, ਸਵੈਟਰ ਦੇ ਰੰਗ ਵਰਗੀ ਲਿਪਸਟਿਕ, ਮੋਢਿਆਂ 'ਤੇ ਪਲਮ ਦੇ ਸਿਆਹ ਵਾਲ। ਕਰਨਵੀਰ ਦਾ ਜੀ ਕੀਤਾ ਉਹਨੂੰ ਜੱਫੀ ਪਾ ਕੇ ਮਿਲੇ, ਪਰ ਉਹ ਜੱਕ ਗਿਆ। ਜੀਤੀ ਨੇ ਉਂਗਲਾਂ ਨਚਾ ਕੇ ਹਾਈ ਕਿਹਾ। ਕਰਨਵੀਰ ਮੁਸਕਰਾ ਪਿਆ। ਯੂਨੀਅਨ ਸਟੇਸ਼ਨ ਲਈ 31 ਬੱਸ ਫੜਨ ਲਈ ਜੀਤੀ ਨਾਲ ਤੁਰਦੇ ਕਰਨਵੀਰ ਦੀਆਂ ਉਂਗਲਾਂ ਵਿੱਚ ਜਲੂਣ ਹੋਣ ਲੱਗੀ। ਉਹਦਾ ਜੀ ਕਰਨ ਲੱਗਿਆ ਕਿ ਜੀਤੀ ਦਾ ਹੱਥ ਫੜ ਕੇ ਤੁਰੇ। ਉਹਦਾ ਜੀ ਇਹ ਵੀ ਕਰਦਾ ਸੀ ਕਿ ਕਹੇ, ਤੂੰ ਬਹੁਤ ਹੀ ਸੋਹਣੀ ਲੱਗ ਰਹੀ ਹੈ। ਉਹ ਸੋਚਦਾ ਹੀ ਰਹਿ ਗਿਆ ਕਿ ਜੀਤੀ ਬੋਲੀ, ਆਈ ਲਾਈਕ ਯੋਰ ਕਲਰ ਕੰਬੀਨੇਸ਼ਨ। ਕਰਨਵੀਰ ਨੇ ਹਲਕੇ ਨੀਲੇ ਰੰਗ ਦੀ ਜੀਨ ਨਾਲ ਸਫੈਦ ਕਮੀਜ਼ ਦੇ ਉੱਪਰ ਨਾਭੀ ਰੰਗ ਦਾ ਬਲੇਜ਼ਰ ਪਹਿਨਿਆ ਸੀ। ਜਵਾਬ 'ਚ ਉਹਦੇ ਮੂੰਹੋਂ ਮਸਾਂ ਨਿਕਲਿਆ, ਤੂੰ ਬਹੁਤ ਜੱਚਦੀ ਹੈ। ਅੱਛਾ, ਚੰਗਾ ਹੋ ਗਿਆ ਕਿ ਸਨੋਅ ਨਹੀਂ ਪੈਂਦੀ ਅੱਜ, ਧੁੱਪ ਕਿੰਨੀ ਸੋਹਣੀ ਲੱਗਦੀ ਹੈ, ਬਿਲਕੁਲ ਤੇਰੇ ਵਰਗੀ। ਕਰਨਵੀਰ ਕਹਿਣਾ ਚਾਹੁੰਦਾ ਸੀ ਪਰ ਉਹਦੇ ਮੂੰਹੋਂ ਸਿਰਫ ਹਾਂ ਹੀ ਨਿਕਲਿਆ। ਜੀਤੀ ਨੇ ਉਸ ਵੱਲ ਦੇਖਿਆ ਅਤੇ ਬੋਲੀ, ਤੈਨੂੰ ਨਹੀਂ ਚੰਗੀ ਲੱਗਦੀ ਧੁੱਪ? ਲੱਗਦੀ ਹੈ, ਸਗੋਂ ਬਹੁਤ ਚੰਗੀ ਲੱਗਦੀ ਹੈ ਅੱਜ ਤਾਂ, ਆਖਦਾ ਆਖਦਾ ਰੁੱਕ ਗਿਆ। ਜੀਤੀ ਮੁਸਕਰਾ ਪਈ। ਉਹਨਾਂ ਦੀ ਬੱਸ ਆ ਗਈ। ਕਰਨਵੀਰ ਨੇ ਜੀਤੀ ਨੂੰ ਪਹਿਲਾਂ ਬੱਸ 'ਚ ਚੜ੍ਹਨ ਦਿੱਤਾ ਅਤੇ ਫਿਰ ਬੱਸ ਅੰਦਰ ਜੀਤੀ ਦੀ ਸੀਟ 'ਤੇ ਬੈਠਣ ਤੋਂ ਬਾਅਦ ਬੈਠਾ। ਬੱਸ ਤੁਰ ਪਈ। ਕਰਨਵੀਰ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕੀ ਗੱਲ ਸ਼ੁਰੂ ਕਰੇ। ਜੀਤੀ ਬੋਲੀ, ਫੋਨ 'ਤੇ ਤਾਂ ਕਿੰਨੀਆਂ ਗੱਲਾਂ ਕਰਦਾ ਹੁੰਦਾ, ਹੁਣ ਕਿਉਂ ਚੁੱਪ ਹੈ? ਕਰਨਵੀਰ ਨੇ ਇਹਦਾ ਕੋਈ ਜਵਾਬ ਨਾ ਦਿੱਤਾ, ਉਹ ਸਿਰਫ ਮੁਸਕਰਾ ਪਿਆ। ਕਰਨਵੀਰ ਨੂੰ ਇਹ ਯਕੀਨ ਹੋ ਗਿਆ ਸੀ ਕਿ ਜੀਤੀ ਨੂੰ ਉਹਦੀ ਮੁਸਕਰਾਹਟ ਚੰਗੀ ਲੱਗਦੀ ਸੀ। ਉਹ ਕਰਨਵੀਰ ਦੀ ਮੁਸਕਰਾਹਟ ਨੂੰ ਟਿਕ ਟਿਕੇ ਹੀ ਲਾ ਕੇ ਨਿਹਾਰ ਰਹੀ ਸੀ। ਉਹਦਾ ਜੀ ਕੀਤਾ ਕਿ ਜੀਤੀ ਉਹਨੂੰ ਇਸੇ ਤਰ੍ਹਾਂ ਹੀ ਦੇਖਦੀ ਰਹੇ ਅਤੇ ਉਹ ਜੀਤੀ ਨੂੰ। ਇਹ ਗੱਲ ਉਹਦੇ ਬੁੱਲਾਂ 'ਤੇ ਨਾ ਆਈ। ਇਹਦੀ ਥਾਂ ਉਹਨਾਂ 'ਚੋਂ ਨਿਕਲਿਆ, ਜੀਤੀ ਤੇਰੀਆਂ ਹੌਬੀਜ਼ ਕੀ ਨੇ? ਸਵੇਰੇ ਕਾਲਜ, ਫਿਰ ਕੰਮ ਅਤੇ ਸਬਵੇ ਰੈਸਟੋਰੈਂਟ, ਅੱਧੀ ਰਾਤੀ ਘਰ ਵਾਪਸੀ, ਕਿੱਥੇ ਟਾਈਮ ਮਿਲਦਾ? ਪਹਿਲਾਂ ਕੀ ਸੀ, ਜਾਂ ਜੇ ਹੁਣ ਟਾਈਮ ਮਿਲੇ ਤਾਂ ਕੀ ਕਰਨਾ ਚਾਹੇਂਗੀ? ਘੁੰਮਣਾ ਫਿਰਨਾ, ਪੜ੍ਹਨਾ? ਕੁਛ ਪਲਾਂ ਬਾਅਦ ਉਹ ਫਿਰ ਬੋਲੀ, ਬੇਕਿੰਗ ਕਰਨੀ ਵੀ ਪਸੰਦ ਆ ਮੈਨੂੰ। ਅੱਛਾ, ਮੈਨੂੰ ਵੀ ਬੇਕਿੰਗ ਬਹੁਤ ਪਸੰਦ ਆ। ਮੈਂ ਸਪੇਨ 'ਚ ਬੇਕਰੀ 'ਚ ਕੰਮ ਕਰਦਾ ਰਿਹਾ ਵਾਂ।
ਤੇਰੀਆਂ ਕਿਨੇ ਕਰਨ? ਮੈਨੂੰ ਤਾਂ ਖੇਡਣਾ ਹੀ ਪਸੰਦ ਸੀ। ਕੀ ਖੇਡਦਾ ਸੀ? ਕ੍ਰਿਕਟ। ਅੱਛਾ, ਤੇਰਾ ਘਰ 'ਚ ਸਭ ਤੋਂ ਜ਼ਿਆਦਾ ਕਿਸ ਨਾਲ ਪਿਆਰ ਹੈ? ਡੈਡੀ ਨਾਲ। ਉਹ ਮੇਰੇ 'ਤੇ ਪੂਰਾ ਟਰੱਸਟ ਕਰਦੇ ਆ। ਅਤੇ ਤੇਰਾ? ਕਰਨਵੀਰ ਨੇ ਸੋਚਿਆ ਕਿ ਕੁੜੀ ਸਮਝਦਾਰ ਹੈ, ਸਾਰੀ ਗੱਲ ਧਿਆਨ ਨਾਲ ਸੁਣਦੀ ਹੈ, ਫਿਰ ਆਪਣੇ 'ਤੇ ਹੀ ਫੋਕਸ ਨਹੀਂ ਰਹਿੰਦੀ, ਅੱਗੋਂ ਸਵਾਲ ਕਰਕੇ ਦਿਲਚਸਪੀ ਦਿਖਾਉਂਦੀ ਹੈ। ਉਹ ਇਹ ਗੁਰ ਕਰਨਵੀਰ ਨੂੰ ਗੂਗਲ ਨੇ ਦੱਸੇ। ਉਹਨੇ ਜਵਾਬ ਦਿੱਤਾ, ਮੇਰੇ ਡੈਡੀ ਤਾਂ ਨਹੀਂ ਹਨ, ਮੈਂ 10-12 ਸਾਲਾਂ ਦਾ ਹੀ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ। ਇਹ ਆਖ ਕੇ ਕਰਨਵੀਰ ਚੁੱਪ ਹੋ ਗਿਆ। ਗੂਗਲ ਨੇ ਦੱਸਿਆ ਸੀ ਕਿ ਆਪਣੇ ਦੁੱਖ ਨਹੀਂ ਰੋਣੇ। ਜੀਤੀ ਨੇ ਪੁੱਛਿਆ, ਕੀ ਹੋ ਗਿਆ ਸੀ? ਐਕਸੀਡੈਂਟ। ਅੱਛਾ, ਤੁਹਾਡੇ ਘਰ 'ਚ ਹੋਰ ਕੌਣ ਕੌਣ ਨੇ? ਮੰਮੀ, ਡੈਡੀ, ਛੋਟੀ ਭੈਣ ਅਤੇ ਦਾਦੀ, ਅਤੇ ਤੁਹਾਡੇ? ਮਾਂ, ਛੋਟਾ ਭਰਾ ਅਤੇ ਵੱਡੀ ਭੈਣ। ਆਖ ਕੇ ਕਰਨਵੀਰ ਫਿਰ ਚੁੱਪ ਹੋ ਗਿਆ। ਉਹਨੇ ਸੋਚਿਆ ਕਿ ਭੈਣ ਦੇ ਤਲਾਕ ਬਾਰੇ ਹੁਣ ਦੱਸੇ ਜਾਂ ਕਦੇ ਬਾਅਦ ਵਿੱਚ। ਉਹਨੇ ਇਹ ਗੱਲ ਕਦੇ ਫਿਰ 'ਤੇ ਛੱਡ ਦਿੱਤੀ ਅਤੇ ਚੁੱਪ ਹੋ ਗਿਆ। ਗੂਗਲ ਨੇ ਉਹਨੂੰ ਹੁੱਜ ਮਾਰੀ, ਬੀ ਕ੍ਰੀਏਟਿਵ। ਕਰਨਵੀਰ ਨੇ ਪੁੱਛਿਆ, ਮੰਮੀ ਡੈਡੀ ਹੋਰਾਂ ਦੀ ਯਾਦ ਆਉਂਦੀ ਹੋਣੀ ਹੈ? ਜੀਤੀ ਨੇ ਹਾਂ 'ਚ ਸਿਰ ਹਿਲਾਇਆ ਅਤੇ ਕਰਨਵੀਰ ਵੱਲ ਵੇਖਿਆ। ਉਸ ਵੱਲ ਹੀ ਦੇਖ ਰਿਹਾ ਸੀ। ਅੱਖਾਂ ਮਿਲਦਿਆਂ ਹੀ ਉਹ ਮੁਸਕਰਾ ਪਿਆ। ਜੀਤੀ ਵੀ ਮੁਸਕਰਾ ਪਈ। ਆਪਣੇ ਵੱਲ ਦੇਖਦੀ ਜੀਤੀ ਦੀਆਂ ਅੱਖਾਂ 'ਚ ਉਹਨੂੰ ਚਮਕ ਦਿੱਸੀ। ਕਰਨਵੀਰ ਦਾ ਜੀ ਕੀਤਾ ਕਿ ਉਹ ਜੀਤੀ ਨੂੰ ਆਪਣੇ ਨਾਲ ਘੁੱਟ ਲਏ। ਜੀਤੀ ਨੇ ਆਪਣੀ ਨਿਗਾਹ ਉਸ ਤੋਂ ਹਟਾ ਕੇ ਆਪਣੇ ਹੱਥਾਂ ਵੱਲ ਕਰ ਲਈ। ਕਰਨਵੀਰ ਦੀਆਂ ਅੱਖਾਂ ਵਿੱਚ ਵੀ ਮਗਰ ਅੱਖਾਂ ਵੀ ਮਗਰ ਤੁਰ ਪਈਆਂ। ਉਹਦਾ ਜੀ ਕੀਤਾ ਜੀਤੀ ਦਾ ਹੱਥ ਆਪਣੇ ਹੱਥ 'ਚ ਲੈ ਲਵੇ। ਉਹ ਆਪਣਾ ਹੱਥ ਅੱਗੇ ਵਧਾਉਣ ਹੀ ਲੱਗਾ ਸੀ ਕਿ ਗੂਗਲ ਨੇ ਉਹਨੂੰ ਵਰਜ ਦਿੱਤਾ, ਬਿਨਾਂ ਮਤਲਬ ਛੋਣਾ ਨਹੀਂ। ਕਰਨਵੀਰ ਨੇ ਮਨ ਨੇ ਜ਼ਿੱਦ ਕੀਤੀ, ਪਰ ਗੂਗਲ ਨੇ ਅੱਗੋਂ ਵੜ ਲਿਆ, ਮੰਨ ਜਾ। ਕਰਨਵੀਰ ਨੇ ਉਹਦੀ ਗੱਲ ਮੰਨ ਲਈ ਅਤੇ ਆਪਣਾ ਧਿਆਨ ਜੀਤੀ ਦੇ ਹੱਥਾਂ ਤੋਂ ਪਾਸੇ ਕਰ ਲਿਆ ਅਤੇ ਮੁੜ ਗੂਗਲ ਤੋਂ ਯਾਦ ਕੀਤੇ ਪ੍ਰਸ਼ਨ ਪੁੱਛਦਾ ਰਿਹਾ ਅਤੇ ਆਪਣੇ ਮਨ ਅੰਦਰਲੇ ਸਵਾਲਾਂ ਨੂੰ ਦਬਾਉਂਦਾ ਰਿਹਾ। ਉਹ ਕਾਹਲੀ ਵਿੱਚ ਕੋਈ ਅਜਿਹਾ ਸਵਾਲ ਕਰਕੇ ਜੀਤੀ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ। ਯੂਨੀਅਨ ਸਟੇਸ਼ਨ 'ਤੇ ਬੱਸ 'ਚੋਂ ਉਤਰ ਕੇ ਉਹ ਪੈਦਲ ਹੀ CN ਟਾਵਰ ਵੱਲ ਚੱਲ ਪਏ। ਜੀਤੀ ਦੇ ਨਾਲ ਤੁਰਦਿਆਂ ਉਹਦਾ ਹੱਥ ਫੜਨ ਲਈ ਕਰਨਵੀਰ ਦਾ ਫਿਰ ਦਿਲ ਕੀਤਾ, ਪਰ ਉਹਨੇ ਫਿਰ ਆਪਣੇ ਆਪ ਨੂੰ ਰੋਕ ਲਿਆ। 15 ਮਿੰਟਾਂ 'ਚ ਉਹ CN ਟਾਵਰ ਪਹੁੰਚ ਗਏ। ਕਰਨਵੀਰ ਅੱਗੇ ਹੋ ਕੇ ਟਿਕਟ ਲੈਣ ਲੱਗਾ, ਬੋਲਿਆ, ਮੈਂ ਲੈ ਨਵਾਂ ਟਿਕਟ ਨਾ, ਆਪਣੀ ਆਪਣੀ ਲਵਾਂਗੇ। ਜੀਤੀ ਦੀ ਫੈਸਲਾ ਕੋਨ ਆਵਾਜ਼ ਸੁਣ ਕੇ ਕਰਨਵੀਰ ਨੇ ਉਸ ਵੱਲ ਦੇਖ ਕੇ ਕਿਹਾ, ਲੈ ਵੱਖ ਹੋਣ ਵਾਲੀਆਂ ਗੱਲਾਂ ਕਿਉਂ ਕਰਦੀਆਂ? ਜੇ ਇਕੱਠੇ ਹੋ ਗਏ ਫਿਰ ਨਹੀਂ ਕਰਦੀ, ਉਹਨਾਂ 'ਚ ਰੱਪੋ ਆਪਣਾ। ਆਖ ਕੇ ਜੀਤੀ ਗਾਂਹ ਹੋ ਗਈ। ਉਹਨੇ ਆਪਣੇ ਵਾਸਤੇ ਲੁੱਕਆਊਟ ਲੈਵਲ ਤੱਕ ਦੀ ਟਿਕਟ ਲੈ ਲਈ। ਕਰਨਵੀਰ ਨੇ ਆਪਣੇ ਲਈ ਖਰੀਦ ਲਈ। ਟਿਕਟ ਖਿੜਕੀ ਤੋਂ ਪਾਸੇ ਹੋ ਕੇ ਜੀਤੀ ਨੇ ਪੁੱਛਿਆ, ਤੇਰਾ ਇਰਾਦਾ ਕਿਤੇ ਸਕਾਈਪਾਡ ਲੈਵਲ ਤੱਕ ਜਾਣ ਦਾ ਤਾਂ ਨਹੀਂ ਸੀ? ਮੈਂ ਪਿਛਲੀ ਵਾਰ ਗਈ ਸੀ, ਕੋਈ ਫਾਇਦਾ ਨਹੀਂ, $20 ਐਕਸਟਰਾ ਖਰਚਣ ਦੇ। ਸੇਮ ਹੀ ਵਿਊ ਹੈ, ਇੰਨਾ ਹੀ ਵਾਧਾ ਅਤੇ 33 ਸਟੋਰੀ ਹੋਰ ਉੱਚਾ। ਮੈਂ ਤਾਂ ਤੇਰੇ ਨਾਲ ਵਾਂ, ਆਖਦਾ ਕਰਨਵੀਰ ਮੁਸਕਰਾ ਪਿਆ ਅਤੇ ਫਿਰ 1815 ਫੁੱਟ ਉੱਚੇ ਟਾਵਰ ਦੇ ਸਿਖਰ ਤੱਕ ਦੇਖਣ ਲਈ ਆਪਣੇ ਮੂੰਹ ਨੂੰ 90 ਡਿਗਰੀ ਤੱਕ ਲਿਜਾਣ ਦੀ ਕੋਸ਼ਿਸ਼ ਕਰਨ ਲੱਗਾ। ਉਹਦੇ ਪੈਰ ਉੱਖੜਨ ਲੱਗੇ ਤਾਂ ਝੱਟ ਜੀਤੀ ਬੋਲੀ, ਡਿੱਗਣਾ ਪਈ? ਕਰਨਵੀਰ ਨੇ ਧੌਣ ਸਿੱਧੀ ਕਰ ਲਈ ਅਤੇ ਆਪਣੀ ਗਿੱਚੀ ਨੂੰ ਮਲਣ ਲੱਗਾ। ਜੀਤੀ ਉਹਨੂੰ ਐਲੀਵੇਟਰ ਵੱਲ ਲੈ ਗਈ, ਜਿਸ ਰਾਹੀਂ ਉਹਨਾਂ ਨੇ 58 ਸਕਿੰਟਾਂ 'ਚ 1136 ਫੁੱਟ ਦੀ ਉਚਾਈ 'ਤੇ ਪਹੁੰਚ ਜਾਣਾ ਸੀ। ਉੱਪਰ ਜਾਂਦੇ ਐਲੀਵੇਟਰ ਦੀਆਂ ਪਾਰਦਰਸ਼ੀ ਕੰਧਾਂ ਰਾਹੀਂ ਬਾਹਰ ਦਾ ਨਜ਼ਾਰਾ ਦਿਸਦਾ ਸੀ। ਥੱਲੇ ਵੱਲ ਨਾ ਦੇਖੀ, ਕਰਨ ਡਰ ਲੱਗੂਗਾ, ਆਖਦੀ ਜੀਤੀ ਕਰਨਵੀਰ ਦੇ ਨਾਲ ਲੱਗ ਕੇ ਖੜ ਗਈ। ਜੀਤੀ ਦੀ ਬਾਂਹ ਕਰਨਵੀਰ ਦੀ ਬਾਂਹ ਨਾਲ ਘਸਰਦੀ ਸੀ। ਕਰਨਵੀਰ ਨੂੰ ਇਹ ਖਹਿ ਆਨੰਦਿਤ ਕਰਨ ਲੱਗੀ। ਉਹਨੂੰ ਟੋਰਾਂਟੋ ਸ਼ਹਿਰ ਖੂਬਸੂਰਤ ਲੱਗਾ ਅਤੇ ਲੁੱਕਆਊਟ ਲੈਵਲ 'ਤੇ ਪਹੁੰਚ ਕੇ ਇੱਕ ਥਾਂ ਬਣੇ ਸ਼ੀਸ਼ੇ ਦੇ ਫਰਸ਼ ਰਾਹੀਂ 113 ਮੰਜ਼ਿਲਾਂ ਆਪਣੇ ਪੈਰਾਂ ਹੇਠ ਦੇਖਦੀ ਜੀਤੀ ਨੇ ਡਰ ਕੇ ਕਰਨਵੀਰ ਦੀ ਬਾਂਹ ਫੜ ਲਈ। ਕਰਨ ਚੱਲ ਪਾਸੇ ਹੋਏ ਇਸ ਥਾਂ ਤੋਂ, ਉਹ ਚੀਕੀ। ਕਰਨਵੀਰ ਦਾ ਜੀ ਨਹੀਂ ਸੀ ਕਰਦਾ ਕਿ ਜੀਤੀ ਉਹਦੀ ਬਾਂਹ ਛੱਡੇ। ਉਹ ਖੜਾ ਰਿਹਾ ਅਤੇ ਬੋਲਿਆ, ਆਹ ਦੇਖ ਬੱਚੇ ਕਿਵੇਂ ਇਹ 'ਤੇ ਟੱਪੀ ਜਾਂਦੇ ਆ, ਤੂੰ ਐਵੇਂ ਡਰੀ ਜਾਂਦੀ ਹੈ। ਬਾਹਰੋਂ ਤਾਂ ਜੀਤੀ ਨੂੰ ਨਾ ਡਰਨ ਲਈ ਹੱਲਾਸ਼ੇਰੀ ਦੇ ਰਿਹਾ ਸੀ, ਪਰ ਅੰਦਰ ਉਹਦਾ ਆਖਦਾ ਸੀ ਕਿ ਜੀਤੀ ਹੋਰ ਡਰੇ ਅਤੇ ਫਿਰ ਉਹਦੇ ਐਨ ਪਾਸ ਉਹ ਸੀਨ ਸਾਕਾਰ ਹੋ ਗਿਆ ਜਿਹਦੀ ਉਹਨੇ ਬੱਸ 'ਚ ਬੈਠਿਆਂ ਕਲਪਨਾ ਕੀਤੀ ਸੀ। ਕੋਈ ਹਾਣੀ ਆਪਣੇ ਗੋਡੇ ਨੂੰ ਸ਼ੀਸ਼ੇ ਦੀ ਫਰਸ਼ 'ਤੇ ਟਿਕਾਈ ਆਪਣੀ ਹਾਨਣ ਦਾ ਹੱਥ ਮੰਗ ਰਿਹਾ ਸੀ ਅਤੇ ਕਰਨਵੀਰ ਇੱਕ ਟੱਕ ਉਹਨਾਂ ਵੱਲ ਦੇਖਣ ਲੱਗਾ। ਉਹਦੇ ਜੀ 'ਚ ਆਈ ਕਿ ਉਹ ਵੀ ਆਪਣੀ ਰੀਝ ਪੂਰੀ ਕਰ ਲਏ ਇਸ ਤੋਂ ਪਹਿਲਾਂ ਕਿ ਉਹ ਦੁਚਿੱਤੀ 'ਚੋਂ ਨਿਕਲੇ। ਜੀਤੀ ਨੇ ਉਹਦੀ ਬਾਂਹ ਖਿੱਚ ਕੇ ਉਹਨੂੰ ਸ਼ੀਸ਼ੇ ਦੇ ਫਰਸ਼ ਤੋਂ ਪਾਸੇ ਕਰ ਲਿਆ। ਫਿਰ ਉਹ ਹੌਲੀ ਹੌਲੀ ਤੁਰਦੀ ਅਸਮਾਨ ਵੱਲੋਂ ਸ਼ਹਿਰ ਵੱਲ ਦੇਖਦੇ ਜੀਤੀ ਦੇ ਕਾਲਜ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰਦੇ ਤੁਰ ਪਏ, ਫਿਰ ਖੜ ਗਏ। ਇਸ ਥਾਂ 'ਤੇ ਦਿਸਦੇ ਨਜ਼ਾਰੇ ਨੇ ਉਹਨੂੰ ਕੀਲ ਲਿਆ। ਅੰਬਰ ਦੇ ਹੇਠ ਜਿਸ ਥਾਂ ਉਹ ਇਹ ਗਗਨ ਚੁੰਬੀ ਟਾਵਰ ਖੜ੍ਹਾ ਸੀ, ਉੱਥੇ ਅਸਮਾਨ ਸਾਫ਼ ਸੀ, ਨੇੜੇ ਤੇੜੇ ਕੋਈ ਬਦਲੋਟੀ ਵੀ ਨਹੀਂ ਸੀ।
ਹੇਠ ਲੋਕ ਓਟੇਰੀਓ ਦਾ ਪਾਣੀ ਸੂਰਜ ਦੀਆਂ ਕਿਰਨਾਂ ਨਾਲ ਇਸ਼ਕੋਰੇ ਮਾਰਦਾ ਸੀ। ਦੂਰ ਦਮੇਲ 'ਚ ਜਿੱਥੇ ਝੀਲ ਅਤੇ ਅਸਮਾਨ ਵਿਚਕਾਰ ਕੋਈ ਵਿੱਥ ਨਹੀਂ ਸੀ ਦਿਸਦੀ, ਉੱਥੋਂ ਦਾ ਰੰਗ ਬੱਦਲ ਖੋਰਾ ਦਿਸਦਾ ਸੀ। ਸ਼ਾਇਦ ਇਹ ਇਸਪਾਤੀ ਨਗਰ ਹੈਮਿਲਟਨ ਦੀਆਂ ਚਿਮਨੀਆਂ 'ਚ ਉੱਠਦੇ ਧੂੰਏ ਕਾਰਨ ਸੀ। ਉਹ ਬਾਹਰ ਵੱਲ ਦੇਖਦੇ ਰਹੇ। ਕਿੰਨਾ ਸੋਹਣਾ ਲੱਗਦਾ ਹੈ ਨਾ, ਜੀਤੀ ਨੇ ਬਾਹਰ ਵੱਲ ਵੇਖਦਿਆਂ ਕਿਹਾ। ਕਰਨਵੀਰ ਦੇ ਚਿੱਤ 'ਚ ਆਈ ਕਿ ਕਹੇ, ਬਾਹਰ ਨਾਲੋਂ ਤਾਂ ਕਿਤੇ ਵੱਧ ਮੇਰਾ ਸਾਥ ਸੋਹਣਾ। ਪਰ ਉਹਨੇ ਇਹ ਨਾ ਕਿਹਾ ਅਤੇ ਬੋਲਿਆ, ਹਾਂ ਬਹੁਤ। ਉਹ ਫਿਰ ਚੁੱਪ ਕਰ ਗਏ। ਗੂਗਲ ਨੇ ਫਿਰ ਕਰਨਵੀਰ ਦੀ ਉਂਗਲ ਫੜ ਲਈ, ਬੋਲਿਆ, ਚੁੱਪ ਦਾ ਪੱਥਰ ਨਹੀਂ ਟਿਕਣ ਦੇਣਾ ਵਿਚਾਲੇ। ਕਰਨਵੀਰ ਅਚਾਨਕ ਬੋਲਿਆ, ਜੀਤੀ। ਜੀਤੀ ਨੇ ਬਾਹਰ ਵੱਲ ਦੇਖਦੀ ਨਹੀਂ ਕਿਹਾ। ਕਰਨਵੀਰ ਨੂੰ ਉਹਦੀ ਆਵਾਜ਼ ਕਿਤੋਂ ਬਹੁਤ ਦੂਰੋਂ ਆਈ ਲੱਗੀ। ਕਰਨਵੀਰ ਦੇ ਦਿਮਾਗ 'ਚ ਹੁਣੇ ਹੁਣੇ ਸ਼ੀਸ਼ੇ ਦੇ ਫਰਸ਼ 'ਤੇ ਦੇਖਿਆ ਸੀਨ ਆ ਗਿਆ। ਉਹਨੇ ਸੋਚਿਆ ਕਿ ਇਹ ਤੋਂ ਵਧੀਆ ਮੌਕਾ ਕੀ ਹੋਏਗਾ ਆਪਣੇ ਦਿਲ ਦੀ ਗੱਲ ਕਹਿਣ ਲਈ। ਝੱਟ ਗੂਗਲ ਨੇ ਟੋਕਤਾ, ਪਹਿਲੀ ਡੇਟ 'ਤੇ ਵਿਆਹ ਦੀ ਗੱਲ ਨਹੀਂ ਕਰਨੀ। ਪਰ ਜੀਤੀ ਦੇ ਹੁੰਗਾਰੇ ਤੋਂ ਬਾਅਦ ਕੁਝ ਤਾਂ ਬੋਲਣਾ ਸੀ। ਉਹਦੇ ਦਿਮਾਗ 'ਚ ਕੋਈ ਹੋਰ ਗੱਲ ਨਾ ਆਈ ਅਤੇ ਉਹਨੇ ਛੇਤੀ 'ਚ ਗੂਗਲ ਤੋਂ ਸਿੱਖਿਆ ਸਵਾਲ ਹੀ ਦਾਗ ਦਿੱਤਾ, ਕਿਹੜੀ ਗੱਲ ਤੈਨੂੰ ਸਭ ਤੋਂ ਜ਼ਿਆਦਾ ਤੰਗ ਕਰਦੀ ਹੈ? ਜੀਤੀ ਨੇ ਉਸ ਵੱਲ ਦੇਖਿਆ ਅਤੇ ਖਿੜਖਿੜਾ ਕੇ ਹੱਸ ਪਈ। ਉਹ ਪੁਚੱਕਾ ਉਸ ਵੱਲ ਦੇਖਣ ਲੱਗਾ। ਹੱਸਦੀ ਜੀਤੀ ਉਹਨੂੰ ਹੋਰ ਵੀ ਸੋਹਣੀ ਲੱਗੀ। ਉਹ ਬੋਲੀ, ਤੂੰ ਸਾਰੇ ਸਵਾਲ ਗੂਗਲ ਤੋਂ ਪੜ੍ਹ ਕੇ ਆਇਆ, ਤੈਨੂੰ ਕਿਵੇਂ ਪਤਾ? ਤੂੰ ਵੀ ਪੜ੍ਹਿਆ ਸੀ, ਤੈਨੂੰ ਇੰਨਾ ਫਾਰਮਲ ਹੋਣ ਦੀ ਲੋੜ ਨਹੀਂ, ਬੀ ਯੋਰ ਸੈਲਫ। ਉਹ ਝੇਂਪ ਗਿਆ। ਜੀਤੀ ਬੋਲੀ, ਉੱਧਰ ਨਿਆਗਰਾ ਫਾਲਸ ਹੈ, ਆਪਾਂ ਕਿਸੇ ਦਿਨ ਉੱਥੇ ਵੀ ਚੱਲਾਂਗੇ, ਕਈ ਵਾਰ ਕਹਿੰਦੇ ਇੱਥੋਂ ਵੀ ਦਿਸ ਪੈਂਦਾ ਟੈਲੀਸਕੋਪ ਰਾਹੀਂ, ਟਰਾਈ ਕਰੀਏ। ਕਰਨਵੀਰ ਨੇ ਦੂਰਬੀਨ 'ਚ ਸਿੱਕਾ ਪਾ ਦਿੱਤਾ ਅਤੇ ਕਿਹਾ, ਤੂੰ ਦੇਖ ਪਹਿਲਾਂ। ਜੀਤੀ ਕੁਝ ਦੇਰ ਦੂਰਬੀਨ ਰਾਹੀਂ ਦੇਖਦੀ ਰਹੀ, ਫਿਰ ਬੋਲੀ, ਹੁਣ ਤੂੰ ਦੇਖ। ਦੂਰਬੀਨ ਬੰਦ ਹੋਣ ਦੇ ਸਕਿੰਟ ਘੱਟ ਰਹੇ ਹਨ। ਕਰਨਵੀਰ ਨੇ ਇੱਕ ਸਿੱਕਾ ਹੋਰ ਪਾ ਦਿੱਤਾ ਅਤੇ ਬੋਲਿਆ, ਤੂੰ ਦੇਖੀ ਚੱਲ। ਉਹਦੇ ਚਿੱਤ 'ਚ ਹੀ ਕਿਹਾ, ਮੈਂ ਤਾਂ ਤੈਨੂੰ ਦੇਖਣਾ ਚਾਹੁੰਦਾ। ਫਿਰ ਆਖਿਆ, ਤੇਰੀ ਫੋਟੋ ਖਿੱਚਦੇ ਹਾਂ? ਸ਼ੋਰ। ਦੂਰਬੀਨ ਰਾਹੀਂ ਦੇਖਦੀ ਜੀਤੀ ਨੇ ਜਵਾਬ ਦਿੱਤਾ। ਕਰਨਵੀਰ ਜੀਤੀ ਦੇ ਬਾਹਰ ਦਿਸਦੇ ਨਜ਼ਾਰੇ ਨੂੰ ਇਕੱਠਿਆਂ ਕੈਮਰੇ 'ਚ ਸੰਭਾਲਣਾ ਚਾਹੁੰਦਾ ਸੀ, ਪਰ ਬਾਹਰ ਜ਼ਿਆਦਾ ਰੌਸ਼ਨੀ ਸੀ ਅਤੇ ਜੀਤੀ ਦੇ ਚਿਹਰੇ 'ਤੇ ਹਨੇਰਾ ਪੈ ਰਿਹਾ ਸੀ। ਕਰਨਵੀਰ ਨੇ ਫੋਟੋਆਂ ਖਿੱਚਣ ਵਾਲੀ ਝੜੀ ਲਾ ਦਿੱਤੀ, ਪਰ ਜਿੰਨੀ ਸੋਹਣੀ ਜੀਤੀ ਸੀ, ਜੀਤੀ ਉਹਨੂੰ ਲੱਗਦੀ ਸੀ, ਉਨੀ ਸੋਹਣੀ ਫੋਟੋ ਨਹੀਂ ਸੀ ਆ ਰਹੀ। ਕਰਨਵੀਰ ਨੇ ਖਿੱਚੀ ਫੋਟੋ ਦੇਖਣੀ ਛੱਡ ਦਿੱਤੀ ਅਤੇ ਲਗਾਤਾਰ ਨਵੀਆਂ ਖਿੱਚਦਾ ਰਿਹਾ। ਕੁਝ ਦੇਰ ਬਾਅਦ ਜੀਤੀ ਬੋਲੀ, ਲਿਆ ਹੁਣ ਤੇਰੀ ਖਿੱਚਦੇ ਹਾਂ। ਕਰਨਵੀਰ ਦੇ ਚਿੱਤ 'ਚ ਆਈ, ਮੇਰੀ ਇਕੱਲੇ ਦੀ ਕੀ ਫੋਟੋ ਦੀ ਕੀ ਖਿੱਚਣੀ ਹੈ, ਖਿਚਵਾਉਣੀ ਹੈ ਤਾਂ ਆਪਣੇ ਨਾਲ ਖਿਚਵਾ। ਪਰ ਉਹਨੇ ਇਹ ਕਿਹਾ ਨਹੀਂ। ਇੰਨੀ ਦੇਰ 'ਚ ਜੀਤੀ ਨੇ ਆਪਣਾ ਫੋਨ ਸਿੱਧਾ ਕੀਤਾ ਅਤੇ ਫੋਟੋ ਖਿੱਚ ਰਹੇ ਕਰਨਵੀਰ ਨੂੰ ਬੋਲੀ, ਸਮਾਈਲ। ਕਰਨਵੀਰ ਨੂੰ ਪਤਾ ਸੀ ਵੀ ਉਹਦੀ ਮੁਸਕਰਾਹਟ ਕਿਸ ਕੋਣ ਤੋਂ ਜ਼ਿਆਦਾ ਸੋਹਣੀ ਲੱਗਦੀ ਹੈ। ਉਹੀ ਪਾਸਾ ਜੀਤੀ ਵੱਲ ਕਰਕੇ ਮੁਸਕਰਾ ਪਿਆ। ਜੀਤੀ ਨੇ ਲਗਾਤਾਰ 3-4 ਫੋਟੋ ਖਿੱਚੀਆਂ ਅਤੇ ਉਹਨਾਂ ਵੱਲ ਦੇਖਦੀ ਬੋਲੀ, ਤੇਰੀ ਜਿਹੜੀ ਫੋਟੋ ਮੈਨੂੰ ਚਾਹੀਦੀ ਸੀ ਉਹ ਮਿਲ ਗਈ, ਲੈ ਦਿਖਾ। ਆਖਦਾ ਕਰਨਵੀਰ ਉਹਦੇ ਪਿੱਛੇ ਖੜ ਗਿਆ। ਜੀਤੀ ਨੇ ਫੋਨ ਪੁੱਠਾ ਕਰਕੇ ਕਿਹਾ, ਇਹ ਮੇਰੀ ਹੈ। ਇਹ ਸੁਣ ਕੇ ਕਰਨਵੀਰ ਦੇ ਅੰਦਰ ਤਰੰਗ ਉੱਠੀ। ਉਸ ਅੰਦਰ ਫਿਰ ਖਾਹਿਸ਼ ਜਾਗੀ ਕਿ ਉਹ ਜੀਤੀ ਦੇ ਨਾਲ ਸੈਲਫੀ ਖਿੱਚੇ। ਫਿਰ ਉਹਨੂੰ ਆਪ ਵੀ ਇਹ ਠੀਕ ਨਾ ਲੱਗਾ। ਉਹਨੇ ਕਿਹਾ, ਚੰਗਾ ਜੇ ਨਹੀਂ ਦਿਖਾਉਣੀ ਤਾਂ ਨਾ ਦਿਖਾ, ਮੈਂ ਵੀ ਤੇਰੀ ਕੋਈ ਫੋਟੋ ਤੈਨੂੰ ਫੋਰਵਰਡ ਨਹੀਂ ਕਰਨੀ, ਦੈਟਸ ਨੋਟ ਫੇਅਰ। ਮੁਸਕਰਾ ਕੇ ਉਹ ਫਿਰ ਫੋਟੋ ਖਿੱਚਣ ਲੱਗਾ। ਜੀਤੀ ਨੇ ਘੂਰੀ ਵੱਟ ਕੇ ਕਿਹਾ, ਜੇ ਨਹੀਂ ਮੈਨੂੰ ਭੇਜਣੀ ਆ ਤਾਂ ਮੇਰੀ ਫੋਟੋ ਨਾ ਖਿੱਚ। ਕਰਨਵੀਰ ਨੂੰ ਉਹਦੀ ਇਹ ਅਦਾ ਹੋਰ ਵੀ ਖੂਬਸੂਰਤ ਲੱਗੀ ਅਤੇ ਜਲਦੀ ਨਾਲ ਫੋਟੋ ਖਿੱਚ ਦਿੱਤੀ। ਫਿਰ ਫੋਟੋ ਨੂੰ ਦੇਖ ਕੇ ਉਹਨੇ ਆਖਿਆ, ਇਹ ਸੀ ਫੋਟੋ ਜਿਹੜੀ ਮੈਨੂੰ ਚਾਹੀਦੀ ਸੀ, ਲਿਆ ਦਿਖਾ। ਨਾ, ਇਹ ਤਾਂ ਸਿਰਫ ਮੇਰੇ ਲਈ ਹੈ, ਆਖ ਕੇ ਕਰਨਵੀਰ ਨੇ ਫੋਨ ਜੇਬ 'ਚ ਪਾ ਲਿਆ। ਵਾਪਸੀ 'ਤੇ ਬੱਸ 'ਚ ਬੈਠਿਆਂ ਕਰਨਵੀਰ ਦੇ ਮਨ 'ਚ ਉਹੀ ਫੋਟੋ ਦੇਖਣ ਦੀ ਇੱਛਾ ਜਾਗੀ। ਉਹ ਖਿੱਚੀਆਂ ਫੋਟੋ ਫਰੋਲਣ ਲੱਗਾ। ਜੀਤੀ ਉਹਨਾਂ ਵੱਲ ਦੇਖਣ ਲੱਗੀ ਤਾਂ ਕਰਨਵੀਰ ਨੇ ਫੋਨ ਦੂਜੇ ਪਾਸੇ ਕਰ ਲਿਆ। ਜੀਤੀ ਬੋਲੀ, ਰਿਮੈਂਬਰ, ਗੂਗਲ ਕਹਿੰਦਾ ਹੈ ਕਿ ਪਹਿਲੀ ਡੇਟ 'ਤੇ ਫੋਨ ਨਹੀਂ ਖੋਲ੍ਹਣਾ। ਇਹ ਆਖ ਕੇ ਉਹ ਹੱਸ ਪਈ। ਕਰਨਵੀਰ ਨੇ ਮੁਸਕਰਾ ਕੇ ਫੋਨ ਬੰਦ ਕਰ ਦਿੱਤਾ। ਕੁਝ ਪਲ ਚੁੱਪ ਰਿਹਾ, ਫਿਰ ਉਹਨੇ ਕਿਹਾ, ਜੀਤੀ ਮੈਂ ਇੱਕ ਗੱਲ ਕਰਨੀ ਹੈ। ਹਾਂ ਕਰ। ਮੈਂ ਤੇਰੇ ਤੋਂ ਉਮਰ 'ਚ 4-5 ਸਾਲ ਵੱਡਾ ਵਾਂ, ਫਿਰ ਕੀ ਹੈ? ਆਪਣੇ ਮਾਪਿਆਂ ਨੂੰ ਪੁੱਛ ਲੈ, ਉਹਨਾਂ ਨੂੰ ਆਖ ਕੇ ਇੰਡੀਆ ਮੇਰਾ ਘਰ ਪਰਿਵਾਰ ਦੇਖ ਆਉਣ। ਵਿਆਹ ਮੈਂ ਕਰਵਾਉਣਾ, ਮੇਰੇ ਮਾਂ ਬਾਪ ਨੇ ਨਹੀਂ। ਫਿਰ ਵੀ ਮੇਰੇ ਘਰ ਦੇ ਕੋਈ ਅਮੀਰ ਨਹੀਂ, ਛੋਟਾ ਜਿਹਾ ਸਾਡਾ ਘਰ ਹੈ ਇੰਡੀਆ, ਮਸਾਂ ਹੀ ਗੁਜ਼ਾਰਾ ਚੱਲਦਾ। ਕੱਲ੍ਹ ਨੂੰ ਆਪਣੀ ਗੱਲ ਅੱਗੇ ਵੱਧ ਗਈ ਅਤੇ ਤੇਰੇ ਘਰਦਿਆਂ ਨੂੰ ਕੋਈ ਇਤਰਾਜ਼ ਹੋਇਆ? ਫਿਰ ਮੈਂ ਆਪਣੇ ਘਰਦਿਆਂ ਨਾਲ ਇਹ ਗੱਲ ਪਹਿਲਾਂ ਹੀ ਕਲੀਅਰ ਕੀਤੀ ਹੋਈ ਹੈ ਕਿ ਉਸ ਨਾਲ ਹੀ ਵਿਆਹ ਕਰਵਾਉਣਾ ਹੈ ਜਿਹੜਾ ਮੈਨੂੰ ਪਸੰਦ ਆਊ। ਠੀਕ ਹੈ ਫਿਰ ਤਾਂ, ਤੇਰੀ ਕੀ ਪਲੈਨਿੰਗ ਹੈ? ਜੀਤੀ ਨੇ ਕਰਨਵੀਰ ਵੱਲ ਦੇਖਦੀ ਨੇ ਪੁੱਛਿਆ। ਪਹਿਲੀ ਪਲੈਨਿੰਗ ਤਾਂ ਇੱਥੇ ਪੱਕਾ ਹੋਣ ਦੀ ਹੈ, ਬਾਕੀ ਬਾਰੇ ਕੁਝ ਨਹੀਂ ਸੋਚਿਆ। ਪੱਕਾ ਤਾਂ ਹੋ ਹੀ ਜਾਣਾ ਹੁੰਦਾ ਹੈ, ਟਾਈਮ ਦਾ ਹੀ ਹੈ ਜਾਂ ਖਰਚ ਦਾ, ਕਿਸੇ ਦਾ ਵੱਧ ਲੱਗ ਜਾਂਦਾ ਕਿਸੇ ਦਾ ਘੱਟ। ਜੀਤੀ, ਤੈਨੂੰ ਵੀ ਪੱਕੇ ਹੋਣ ਲਈ LMIA ਖਰੀਦਣੀ ਪਏਗੀ। ਨਹੀਂ, ਮੇਰੇ ਪੁਆਇੰਟ ਬਣ ਜਾਣੇ ਆ।
ਜਿਹੜੇ ਸਟੂਡੈਂਟਾਂ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਜਾਂ ਕੋਈ ਅੜਚਣ ਆ ਜਾਂਦੀ ਹੈ ਉਹਨਾਂ ਨੂੰ ਹੀ ਲੈਣੀ ਪੈਂਦੀ ਹੈ, ਫਿਰ ਤਾਂ ਠੀਕ ਹੈ। ਮੈਂ ਤੇਰੀ ਟਰੱਕ ਚਲਾਉਣ ਬਾਰੇ ਪਲੈਨਿੰਗ ਪੁੱਛਦੀ ਸੀ, ਤੂੰ ਇਸੇ ਪ੍ਰੋਫੈਸ਼ਨ 'ਚ ਹੀ ਰਹੇਂਗਾ ਕਿ ਪੱਕਾ ਹੋ ਕੇ ਕੋਈ ਹੋਰ ਕੰਮ ਕਰਨ ਦਾ ਇਰਾਦਾ ਹੈ? ਮੇਰਾ ਵਕੀਲ ਕਹਿੰਦਾ ਕਿ ਟਰੱਕ ਚਲਾਉਣ ਨਾਲ ਨਾਲੇ ਕਮਾਈ ਜ਼ਿਆਦਾ ਹੋ ਜਾਂਦੀ ਹੈ, ਨਾਲੇ ਛੇਤੀ ਪੱਕਾ ਹੋ ਜਾਈਦਾ, ਅਤੇ ਮੇਰਾ ਅਸਲੀ ਗੋਲ ਤਾਂ ਆਪਦੀ ਬੇਕਰੀ ਖੋਲ੍ਹਣ ਦਾ, ਜਦੋਂ ਕੁਝ ਡਾਲਰ ਸੇਵ ਹੋ ਗਏ। ਸਪੇਨ 'ਚ ਇਹੀ ਕੰਮ ਕਰਦਾ ਸੀ ਨਾ ਤੂੰ? ਹਾਂ, ਪਹਿਲਾਂ ਸਾਲ ਡੇਢ ਸਾਲ ਰੈਸਟੋਰੈਂਟ 'ਚ, ਫਿਰ ਬੇਕਰੀ 'ਚ। ਮੈਂ ਜਾਣਦਾ ਵਾਂ ਸਾਰਾ ਕੰਮ। ਕਈ ਵਾਰੀ ਮੇਰੇ ਮਨ 'ਚ ਡਰ ਜਿਹਾ ਉੱਠਦਾ ਕਿ ਕਿਤੇ ਟਰੱਕ ਚਲਾਉਣ ਵਾਲੇ ਕੰਮ 'ਚ ਸਟੱਕ ਹੀ ਨਾ ਹੋ ਜਾਏ। ਆਖ ਕੇ ਜੀਤੀ ਨੇ ਕਰਨਵੀਰ ਵੱਲ ਦੇਖਿਆ, ਫਿਰ ਬੋਲੀ, ਮੈਂ ਇਉਂ ਨਹੀਂ ਕਹਿੰਦੀ ਕਿ ਇਹ ਕੰਮ ਮਾੜਾ ਆ, ਪਰ ਟਰੱਕਾਂ ਵਾਲਿਆਂ ਨੂੰ ਕਿੰਨੇ ਕਿੰਨੇ ਦਿਨ ਘਰੋਂ ਬਾਹਰ ਰਹਿਣਾ ਪੈਂਦਾ। PR ਹੋਣ ਲਈ ਕਰਨਾ ਤਾਂ ਪੈਣਾ ਹੀ ਆ ਪਹਿਲਾਂ। ਸੱਚ ਜੀਤੀ, ਤੈਨੂੰ ਉਹਦੀ ਜੌਬ ਮਿਲ ਜਾਏਗੀ ਜਿਹੜਾ ਤੂੰ ਕੋਰਸ ਕਰਦੀ ਹੈ? ਲੱਗਦਾ ਨਹੀਂ, ਹਰ ਦੂਜਾ ਸਟੂਡੈਂਟ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰੀ ਜਾਂਦਾ। ਇਹ ਤਾਂ PR ਹੋਣ ਲਈ ਹੀ ਕਰਦੀ ਹਾਂ, ਚੰਗੀ ਜੌਬ ਲੈਣ ਲਈ ਕੋਈ ਹੋਰ ਕੋਰਸ ਕਰਨਾ ਪਊ। PR ਹੋ ਕੇ ਕਰੂੰਗੀ, ਉਦੋਂ ਫੀਸ ਵੀ ਘੱਟ ਦੇਣੀ ਪਵੇਗੀ, ਹੁਣ ਤਾਂ ਤਿੱਗਣੀ ਫੀਸ ਆ। ਇੰਡੀਆ 'ਚ ਬੈਠਿਆਂ ਨੂੰ ਪਤਾ ਨਹੀਂ ਹੁੰਦਾ ਨਾ ਕਿ ਕਿਹੜਾ ਕੋਰਸ ਬਾਅਦ 'ਚ ਕੰਮ ਆਏਗਾ, ਉਦੋਂ ਤਾਂ PR ਹੋਣਾ ਹੀ ਨਿਸ਼ਾਨਾ ਹੁੰਦਾ। ਅਤੇ ਜਦੋਂ ਪੱਕੇ ਹੋ ਗਏ ਮੈਂ ਕੰਮ ਕਰੀ ਜਾਊਂ, ਤੂੰ ਕੋਈ ਕੋਰਸ ਕਰ ਲਈ? ਇਹ ਆਖ ਕੇ ਕਰਨਵੀਰ ਨੇ ਜੀਤੀ ਦੇ ਚਿਹਰੇ 'ਤੇ ਨਿਗਾਹ ਟਿਕਾ ਲਈ। ਜੀਤੀ ਨੇ ਉਸ ਵੱਲ ਦੇਖਿਆ ਅਤੇ ਬੋਲੀ, ਆਪਣੇ ਕੋਲ ਬਹੁਤ ਟਾਈਮ ਹੈ, ਇੱਕ ਦੂਜੇ ਨੂੰ ਹੋਰ ਜਾਣ ਲਈਏ ਪਹਿਲਾਂ। ਟਰੱਕ ਦਾ ਲਾਇਸੈਂਸ ਲੈਣਾ ਹੀ ਪਏਗਾ, ਕਰਨਵੀਰ ਨੇ ਸੋਚਿਆ, ਪਰੇ ਕਿਹਾ ਨਹੀਂ। ਧੰਨਵਾਦ।